ਗੱਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ ਹੈ। ਪੰਥ ਨੂੰ ਦਰਪੇਸ਼ ਸਮਾਜ ਦੇ ਨਾਲ ਤਲਕ ਰੱਖਦੇ ਹਰ ਉਸ ਮਸਲੇ ਹਰ ਉਸ ਗੱਲ ਦੇ ਉੱਤੇ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਹਾਂ। ਅੱਜ ਜੋ ਕੁਝ ਵਾਪਰ ਰਿਹਾ ਸਾਡੇ ਨਾਲ ਉਹ ਆਉਣ ਵਾਲੇ ਸਮੇਂ ਦਾ ਇਤਿਹਾਸ ਬਣੇਗਾ। ਔਰ ਜੇਕਰ ਅਸੀਂ ਨਜ਼ਰ ਮਾਰੀਏ ਤਾਂ ਜਿਹੜੀਆਂ ਘਟਨਾਵਾਂ ਇਤਨੀ ਤੇਜ਼ੀ ਦੇ ਨਾਲ ਵੱਧ ਰਹੀਆਂ ਹਨ, ਸ਼ਾਇਦ ਇਹ ਸਹੀ ਹੋਏਗਾ, ਅਤਕਥਨੀ ਵੀ ਨਹੀਂ ਹੋਏਗੀ ਕਿ ਜਿਸ ਦੌਰ 'ਚੋਂ ਅਸੀਂ ਲੰਘ ਰਹੇ ਹਾਂ ਉਹ ਆਉਣ ਵਾਲੇ ਇਤਿਹਾਸ ਦਾ ਬਹੁਤ ਹੀ ਮਹੱਤਵਪੂਰਨ ਦੌਰ ਮੰਨਿਆ ਜਾਏਗਾ। ਬਹੁਤ ਹੀ ਤੇਜ਼ੀ ਦੇ ਨਾਲ ਬਹੁਤ ਕੁਛ ਵਾਪਰ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਬਹੁਤ ਤਬਦੀਲੀਆਂ ਸਾਡੇ ਦੇਖਣ ਵਿੱਚ ਹੋਣਗੀਆਂ। ਸਮਾਜਿਕ ਨਿਆਂ ਪ੍ਰਣਾਲੀ ਦੇ ਵਿੱਚ, ਨਿਆਂ ਪ੍ਰਣਾਲੀ ਦੇ ਵਿੱਚ ਸਰਕਾਰਾਂ ਦੇ ਤੌਰ ਤਰੀਕੇ, ਰਵੱਈਏ, ਜਿਹੜੇ ਰਾਜਨੀਤਿਕ ਆਗੂ ਹਨ ਉਹਨਾਂ ਨੇ ਕਿਸ ਤਰ੍ਹਾਂ ਵਿਚਰਨਾ ਹੈ, ਉਹਨਾਂ ਦੇ ਅਧਿਕਾਰ ਕੀ ਹਨ, ਕੀ ਜਨਤਾ ਕੇਵਲ ਆਪਣੇ ਉੱਤੇ ਹਾਕਮ ਬਦਲੇ ਹੋਏ ਦੇਖੇਗੀ ਜਾਂ ਹਾਕਮ ਵੱਧ ਤੋਂ ਬਦਤਰ ਹੁੰਦੇ ਜਾਣਗੇ ਜਾਂ ਕੋਈ ਤਬਦੀਲੀ ਆਏਗੀ। ਕੀ ਕਦੇ ਜਨਤਾ, ਜਿਸ ਨੂੰ ਜਨਤਾ ਜਨਾਰਦਨ ਵੀ ਕਿਹਾ ਜਾਂਦਾ ਸੀ, ਮਾਲਕ ਕਿਹਾ ਜਾਂਦਾ ਸੀ, ਕਦੀ ਉਸਨੂੰ ਉਸ ਦੇ ਬੁਨਿਆਦੀ ਹੱਕ ਵੀ ਮਿਲਣਗੇ? ਦਰਅਸਲ ਇਹ ਸਾਰਾ ਬਹੁਤ ਤੇਜ਼ੀ ਦੇ ਨਾਲ ਘਟਨਾ ਚੱਕਰ ਵਾਪਰ ਰਿਹਾ ਹੈ ਔਰ ਅਸੀਂ ਉਸ ਦੌਰ ਦੇ ਇੱਕ ਪੁਰਜ਼ੇ ਹਾਂ ਜਿਹਦੇ ਵਿੱਚੋਂ ਬਹੁਤ ਛੇਤੀ ਬਹੁਤ ਕੁਝ ਹੋਣ ਵਾਲਾ ਜਾਪ ਰਿਹਾ ਹੈ। ਸੋ ਤੁਹਾਡੀ ਸ਼ਮੂਲੀਅਤ, ਤੁਹਾਡੇ ਵਿਚਾਰ, ਤੁਹਾਡੀ ਪਾਰਟੀਸੀਪੇਸ਼ਨ ਜ਼ਰੂਰੀ ਹੈ ਇਹਨਾਂ ਵਿਚਾਰਾਂ ਨੂੰ, ਜਿਹੜੇ ਕਿ ਇਹ ਪ੍ਰੋਗਰਾਮ ਇੱਕ ਕਿਸਮ ਦੇ ਦਸਤਾਵੇਜ਼ੀ ਪ੍ਰੋਗਰਾਮ ਹਨ, ਇੱਕ ਡਾਕੂਮੈਂਟਰੀ ਦੀ ਤਰ੍ਹਾਂ ਹਨ ਜਿਹੜੇ ਰਿਕਾਰਡ ਕੀਤੇ ਜਾ ਰਹੇ ਹਨ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਆਪਣੀ ਮਹੱਤਤਾ ਹੋਏਗੀ, ਇਹਨਾਂ ਦਾ ਆਪਣਾ ਮਹੱਤਵ ਵੀ ਹੋਏਗਾ। ਸੋ ਤੁਹਾਨੂੰ ਗੁਜ਼ਾਰਿਸ਼ ਹੈ, ਬੇਨਤੀ ਹੈ ਕਿ ਤੁਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਸ਼ਾਮਿਲ ਹੋਵੋ ਔਰ ਆਪਣੇ ਵਿਚਾਰ ਜ਼ਰੂਰ ਦਰਜ ਕਰਾਓ। ਹਮੇਸ਼ਾ ਦੀ ਤਰ੍ਹਾਂ ਅੱਜ ਅਸੀਂ ਕੁਛ ਤੁਹਾਡੇ ਨਾਲ ਬਹੁਤ ਇੱਕ ਜਾਂ ਦੋ ਸੁਰਖੀਆਂ ਤੁਹਾਡੇ ਨਾਲ ਗੱਲ ਕਰਾਂਗੇ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਹਨ ਔਰ ਮੁੱਖ ਮੁੱਦਾ ਫਿਰ ਪੰਜਾਬ ਦੇ ਨਾਲ ਔਰ ਜਿਹੜੀ ਅਚਾਨਕ ਇਹ ਘਟਨਾ ਵਾਪਰੀ ਹੈ, ਜਿਹੜੀ ਕਿ ਜਲੰਧਰ ਦੇ ਕੋਲ ਨੂਰ ਮਹਿਲ ਦੇ ਵਿੱਚ ਦਿਵਿਆ ਜਾਗਰਤੀ ਜਾਗਰਣ ਸੰਸਥਾਨ, ਜਿਸ ਦਾ ਮੁਖੀ ਕਾਫੀ ਵਿਵਾਦਗ੍ਰਸਤ ਰਿਹਾ, ਕਾਫੀ ਵਿਵਾਦਾਂ ਦੇ ਵਿੱਚ ਘਿਰਿਆ ਰਿਹਾ ਔਰ ਬੜੇ ਹੀ ਅਜੀਬ ਤਰੀਕੇ ਦੇ ਨਾਲ ਉਸ ਸੰਸਥਾ ਦਾ ਸਾਰਾ ਕੰਮ ਹੁੰਦਾ ਸੀ, ਪਰ ਉਸ ਦਾ ਪ੍ਰਭਾਵ ਦਿਨ ਪਰ ਦਿਨ ਕਾਫੀ ਜ਼ਿਆਦਾ ਸੀ। ਅੱਜ ਰਾਤ ਨੂੰ ਤਕਰੀਬਨ 2:30 ਵਜੇ ਦੇ ਕਰੀਬ ਉਸਦੀ ਮੌਤ ਹੋ ਗਈ। ਪਰ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਬਾਹਰ ਖੜ੍ਹੀ ਹੈ ਔਰ ਪੁਲਿਸ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਡਾਕਟਰਾਂ ਦੀ ਟੀਮ ਆਈ, ਉਹਨਾਂ ਨੇ ਦਿਵਿਆ ਜਯੋਤੀ ਜਾਗਰਣ ਸੰਸਥਾਨ ਦੇ ਮੁਖੀ ਆਸ਼ੂਤੋਸ਼ ਨੂੰ ਮ੍ਰਿਤ ਐਲਾਨ ਦਿੱਤਾ। ਪਰ ਹੈਰਾਨੀ ਉਸ ਤੋਂ ਵੱਧ ਇਹ ਹੈ ਕਿ ਉੱਥੋਂ ਦੇ ਕਰਿੰਦੇ ਔਰ ਜਿਹੜੇ ਉੱਥੇ ਦੇ ਪ੍ਰਬੰਧਕ ਹਨ ਉਹਨਾਂ ਦਾ ਕਹਿਣਾ ਹੈ ਕਿ ਮਹਾਰਾਜ ਜੀ, ਉਹਨਾਂ ਦੀ ਮੌਤ ਨਹੀਂ ਹੋਈ, ਕਲੀਨਿਕਲ ਡੈਥ ਹੋਈ ਹੈ, ਜਿਸ ਨੂੰ ਕਲੀਨਿਕਲ ਡੈਥ ਕਿਹਾ ਜਾਂਦਾ, ਪਰ ਉਹ ਸਮਾਧੀ ਦੇ ਵਿੱਚ ਹਨ ਔਰ ਤਕਰੀਬਨ 72 ਘੰਟੇ ਦੇ ਬਾਅਦ ਉਹ ਸਮਾਧੀ ਖੋਲ੍ਹਣਗੇ। ਇਸ ਦੇ ਉੱਤੇ ਅਸੀਂ ਬਹੁਤ ਹੀ ਵਿਸਥਾਰ ਦੇ ਨਾਲ ਚਰਚਾ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਸਾਡੇ ਨਾਲ ਸਾਡੇ ਖਾਸ ਮਹਿਮਾਨ ਵੀ ਆ ਸਕਣ, ਜਿਹੜਾ ਉੱਥੋਂ ਦਾ ਹਾਲਾਤ ਦੱਸ ਸਕਣ ਕਿ ਕੀ ਪੋਜੀਸ਼ਨ ਹੈ ਔਰ ਉਸ ਦੇ ਨਾਲ ਜਿਹੜਾ ਬੁਨਿਆਦੀ ਸਵਾਲ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਵਾਰ ਵਾਰ ਆਉਂਦੇ ਹਨ, ਜਿਨ੍ਹਾਂ ਦੇ ਨਾਲ ਕਈ ਥਾਵਾਂ ਦੇ ਉੱਤੇ ਕਾਨੂੰਨ ਵਿਵਸਥਾ ਦੀ ਹਾਲਤ ਦੇ ਉੱਤੇ ਵੀ ਅਸਰ ਪੈਂਦਾ, ਉਹਦੇ ਬਾਰੇ ਵੀ ਤੁਹਾਡੇ ਵਿਚਾਰ ਜ਼ਰੂਰ ਲਵਾਂਗੇ। ਪਰ ਉਸ ਤੋਂ ਪਹਿਲੇ ਇੱਕ ਦੋ ਸੁਰਖੀਆਂ ਹਨ। ਕੁਛ ਘਟਨਾਵਾਂ ਐਸੀਆਂ ਹੁੰਦੀਆਂ ਹਨ ਜਿਹੜੀਆਂ ਦੱਬੀਆਂ ਹੁੰਦੀਆਂ ਹਨ, ਕੁਛ ਮਸਲੇ ਐਸੇ ਹੁੰਦੇ ਹਨ
ਜਿਸ ਨੂੰ ਲੋਕ ਭੁੱਲ ਚੁੱਕੇ ਹੁੰਦੇ ਹਨ, ਭੁਲਾ ਚੁੱਕੇ ਹੁੰਦੇ ਹਨ ਕਿ ਹੁਣ ਇਸ ਦਾ ਕੁਛ ਨਹੀਂ ਹੋਣਾ। ਭੁੱਲਦਾ ਤਾਂ ਨਹੀਂ, ਕਿਉਂਕਿ ਜਿਹੜੀ ਵੀ ਘਟਨਾ ਵਾਪਰ ਜਾਏ ਉਹ ਭੁੱਲਦੀ ਨਹੀਂ ਹੈ, ਪਰ ਜਾਪਦਾ ਹੈ ਕਿ ਕਈ ਦਫਾ ਕੁਦਰਤ ਵੱਲੋਂ ਕੋਈ ਐਸਾ ਵਿਧ ਬਣਦੀ ਹੈ ਕਿ ਉਹ ਮਾਮਲਾ ਫਿਰ ਉਜਾਗਰ ਹੋ ਜਾਂਦਾ ਹੈ। ਉਹ ਮਾਮਲਾ ਹੈ ਦਿੱਲੀ ਔਰ ਹੋਰ ਸ਼ਹਿਰਾਂ ਦੇ ਵਿੱਚ ਜਿਹੜਾ ਸਰਕਾਰੀ ਪੱਧਰ ਦੇ ਉੱਤੇ ਕਤਲੇਆਮ ਹੋਇਆ ਸਿੱਖਾਂ ਦਾ, ਜਿਹਦੇ ਵਿੱਚ ਸਰਕਾਰੀ ਅੰਕੜਿਆਂ ਦੇ ਮੁਤਾਬਕ 3000 ਤੋਂ ਵੱਧ ਕਤਲ ਹੋਏ, ਪਰ ਗੈਰ ਸਰਕਾਰੀ ਅੰਕੜਿਆਂ ਦੇ ਮੁਤਾਬਕ ਇਹ 4000 ਤੋਂ ਵੱਧ ਸੀ। ਇਸ ਤੋਂ ਇਲਾਵਾ ਹਜ਼ਾਰਾਂ ਬੰਦੇ ਜ਼ਖਮੀ ਹੋਏ, ਗੁਰਦੁਆਰੇ ਸਾੜੇ ਗਏ, ਘਰ ਸਾੜੇ ਗਏ, ਇੱਜ਼ਤਾਂ ਕਈਆਂ ਦੀਆਂ ਲੁੱਟੀਆਂ ਗਈਆਂ, ਪਰ ਕਿਸੇ ਦੀ ਕੋਈ FIR ਵੀ ਦਾਖਲ ਨਾ ਹੋਈ। ਔਰ ਜਿਹੜੀਆਂ ਥੋੜ੍ਹੀਆਂ ਬਹੁਤ ਹੋਈਆਂ ਉਹਨਾਂ ਨੂੰ ਵੀ ਸਰਕਾਰੀ ਔਰ ਪੁਲਿਸ ਨੇ ਇਹ ਕਹਿ ਕੇ ਬੰਦ ਕਰ ਦਿੱਤੀਆਂ, ਤਫਤੀਸ਼ ਬੰਦ ਕਰ ਦਿੱਤੀ, ਛਾਣਬੀਣ ਬੰਦ ਕਰ ਦਿੱਤੀ ਕਿ ਗਵਾਹ ਨਹੀਂ ਮਿਲ ਰਹੇ। ਕਈ ਕਮਿਸ਼ਨ ਬੈਠੇ, ਪਰ ਹਰ ਇੱਕ ਦਾ ਮਕਸਦ ਇਹ ਸੀ ਕਿ ਇਸ ਨੂੰ ਕਿਵੇਂ ਇਨਸਾਫ ਨਹੀਂ ਦੇਣਾ ਹੈ, ਇਹਦੇ 'ਤੇ ਸਾਰਾ ਜ਼ੋਰ ਲੱਗਦਾ ਸੀ। ਪਰ ਹੁਣ ਕਾਂਗਰਸ ਦੇ ਰਾਸ਼ਟਰੀ ਵਾਈਸ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਨੇ ਇਹ ਕਹਿ ਕੇ ਮਾਮਲੇ ਨੂੰ ਫਿਰ ਉਜਾਗਰ ਕਰ ਦਿੱਤਾ ਕਿ ਕੁਛ ਕਾਂਗਰਸੀ ਇਹਦੇ ਵਿੱਚ ਦੋਸ਼ੀ ਹਨ। ਹੁਣ ਤਕਰੀਬਨ ਹਰ ਪਾਸਿਓਂ ਇਹ ਬਹੁਤ ਵੱਡੀ ਪੱਧਰ ਦੇ ਉੱਤੇ ਆਵਾਜ਼ ਉੱਠ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ ਕਿਹਾ, ਜਦੋਂ ਇਹ ਮੰਨ ਲਿਆ ਗਿਆ ਕਿ ਕੁਝ ਕਾਂਗਰਸੀ ਸੀ, ਉਹਨਾਂ ਦੇ ਨਾਮ ਜਾਰੀ ਕੀਤੇ ਜਾਣ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਮਨਜੀਤ ਸਿੰਘ GK ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਇਹ ਕਹਿਣਾ ਹੈ ਕਿ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿ ਮਾਫ਼ੀ ਦਿੱਤੀ ਜਾਏ, ਮਾਫ਼ੀ ਮੰਗੀ ਜਾਏ, ਉਹ ਗਲਤ ਹੈ। ਮਾਫ਼ੀ ਨਹੀਂ, ਇਨਸਾਫ ਚਾਹੀਦਾ, ਦੋਸ਼ੀਆਂ ਨੂੰ ਸਜ਼ਾ ਚਾਹੀਦੀ ਹੈ। ਸੋ ਇਹ ਜੋ ਕੁਛ ਰਾਜੀਵ ਗਾਂਧੀ ਦੇ ਸਪੁੱਤਰ ਜਿਨ੍ਹਾਂ ਦੇ ਰਾਜਕਾਲ ਦੇ ਵਿੱਚ ਸਾਰਾ ਕੁਛ ਹੋਇਆ ਸੀ, ਔਰ ਰਾਹੁਲ ਗਾਂਧੀ ਦੇ ਇਸ ਬਿਆਨ ਦੇ ਨਾਲ ਉਹ ਮਾਮਲਾ ਇੱਕ ਵਾਰ ਫਿਰ ਬਹੁਤ ਹੀ ਉੱਚੀ ਪੱਧਰ ਦੇ ਉੱਤੇ ਉਜਾਗਰ ਹੋ ਗਿਆ। ਔਰ ਇਸ ਦੇ ਵਿੱਚ ਇੱਕ ਵੱਡਾ, ਜਿਹਨੂੰ ਕਿਹਾ ਜਾ ਸਕਦਾ ਹੈ ਕੈਟਲਿਸਟ ਦਾ ਕੰਮ ਕੀਤਾ, ਉਤਪ੍ਰੇਰਕ, ਉਹ ਹੈ ਦਿੱਲੀ ਸਰਕਾਰ ਵੱਲੋਂ ਗਵਰਨਰ ਨਾਲ ਮਿਲ ਕੇ ਸਪੈਸ਼ਲ SIT ਟੀਮ ਬਣਾਉਣ ਦਾ ਜਿਹੜੀ ਬੇਨਤੀ ਕੀਤੀ ਗਈ ਹੈ, ਉਸਨੇ ਮਾਮਲੇ ਨੂੰ ਬਹੁਤ ਹੀ ਪੂਰੀ ਤਰ੍ਹਾਂ ਵਿਖਾ ਦਿੱਤਾ ਹੈ। SIT ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ, ਜਿਸ ਦੀ ਕਾਇਮੀ ਬਾਰੇ ਕਾਂਗਰਸ ਨੇ ਗੁਜਰਾਤ ਵਿੱਚ ਇਸ ਦੀ ਕਾਇਮੀ ਬਾਰੇ ਪੂਰੇ ਜ਼ੋਰ ਸ਼ੋਰ ਨਾਲ ਕੋਸ਼ਿਸ਼ ਕੀਤੀ ਸੀ, ਪਰ ਹੁਣ ਇਸ ਦੀ ਵਿਰੋਧਤਾ ਕਿਵੇਂ ਕਰਨ ਇਹ ਨਹੀਂ ਉਹਨਾਂ ਨੂੰ ਸਮਝ ਆ ਰਿਹਾ। ਔਰ ਦੂਸਰੇ ਪਾਸੇ ਅਕਾਲੀ ਦਲ ਵੀ ਇਸ ਮਾਮਲੇ ਦੇ ਉੱਤੇ ਕਾਫੀ ਸ਼ਸ਼ੋਪੰਜ ਵਿੱਚ ਹੈ ਕਿ ਜਿਹੜਾ ਕੰਮ ਉਹ ਨਹੀਂ ਕਰਾ ਸਕੇ, ਥੋੜ੍ਹੇ ਚਿਰ ਦੀ ਸਰਕਾਰ ਆਈ ਹੋਈ ਕੇਜਰੀਵਾਲ ਦੀ ਸਰਕਾਰ ਨੇ ਉਹ ਮੰਗ, ਉਸ ਮਸਲੇ ਨੂੰ ਇੰਨੀ ਵੱਡੀ ਪੱਧਰ ਦੇ ਉੱਤੇ ਕਿਵੇਂ ਚੁੱਕ ਦਿੱਤਾ ਹੈ। ਸੋ ਆਉਣ ਵਾਲਾ ਸਮਾਂ ਇਸ ਮਾਮਲੇ ਨੂੰ ਲੈ ਕੇ ਕਾਫੀ ਬਹਿਸ ਦਾ ਵਿਸ਼ਾ ਵੀ ਹੋਏਗਾ। ਔਰ ਪਰ ਇੱਕ ਗੱਲ ਨਿਸ਼ਚਿਤ ਹੈ ਕਿ ਜਿਹੜਾ ਮਾਮਲਾ ਇੱਕ ਕਿਸਮ ਦਾ ਦੱਬਿਆ ਗਿਆ ਸੀ ਉਹ ਫਿਰ ਪੂਰੀ ਤਰ੍ਹਾਂ ਉਜਾਗਰ ਹੋ ਗਿਆ ਹੈ। ਇਸ ਦੇ ਬਾਰੇ ਤੁਸੀਂ ਆਪਣੇ ਜ਼ਰੂਰ ਵਿਚਾਰ ਦੇਣੇ। ਦੂਸਰਾ ਮਸਲਾ ਹੈ, ਪੰਜਾਬ ਨੂੰ ਇੱਕ ਕੁੰਡ ਦੀ ਤਰ੍ਹਾਂ ਲੱਗਾ ਹੈ, ਉਹ ਹੈ ਨਸ਼ਿਆਂ ਦਾ, ਡਰੱਗਸ ਦਾ। ਪਹਿਲੀ ਦਫਾ ਸ਼ਾਇਦ ਇਤਨੀ ਵੱਡੇ ਪੈਮਾਨੇ ਦੇ ਉੱਤੇ ਹੋਇਆ ਹੈ ਕਿ ਪੰਜਾਬ ਦੇ ਇੱਕ ਡਰੱਗ ਡੀਲਰ, ਉਸਦੀ ਜਾਇਦਾਦ ਰਣਜੀਤ ਸਿੰਘ ਕੰਡੋਲਾ, ਜਿਹਦੇ ਉੱਤੇ ਕਈ ਕਿਸਮ ਦੇ ਮੁਕੱਦਮੇ ਦਰਜ ਸੀ, ਔਰ ਜਿਹਦੇ 'ਤੇ ਅਦਾਲਤ ਨੇ, ਪੰਜਾਬ ਦੀ ਜਿਹੜੀ ਅਦਾਲਤ ਸੀ ਇਹਨਾਂ ਡਰੱਗਸ ਦੇ ਔਰ ਨਸ਼ਿਆਂ ਦੇ ਬਾਰੇ, ਜਿਹੜਾ ਅਦਾਲਤ ਸੀ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਕੋਰਟ, ਜਿਹੜੇ ਪੈਸੇ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੱਕ ਮੁਲਕ 'ਚੋਂ ਦੂਸਰੇ ਮੁਲਕ ਵਿੱਚ ਲਿਜਾਣਾ, ਉਹ ਇੱਕ ਅਦਾਲਤ ਹੈ, PMLA ਕੋਰਟ ਕਹਿੰਦੇ ਆ ਉਸਨੂੰ, ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਕੋਰਟ, ਜਿਹਦੇ ਕਾਫੀ ਗੰਭੀਰ ਨਤੀਜੇ ਨਿਕਲਦੇ ਹਨ।
उस कोर्ट ने रणजीत सिंह कंडोला की 1,23,00,000 रुपए की जायदाद को फ्रीज किया है और उसके उत्ते यह कहा है कि इस व्यक्ति ने ड्रग्स के राही उन्हों का व्यापार किया, उन्होंने पैसा जनरेट किया और उसनों फिर मनी लॉन्डरिंग दे राही वो प्रोसीड्स बाहर भेजिया। रणजीत सिंह कंडोला इस वेले हिरासत विच है, जेल विच है और ये एक्शन होना शायद पहली दफ़ा होया है कि इतनी वड्डी पद्धर दे उत्ते किसी की जायदाद नू जब्त करन दा आर्डर इस अदालत ने दिता है। कि इसका मतलब है कि मामला हुण इत्थे तक पहुँच गया है कि अदालतां एजेंसियां भी उन्हां नू मजबूरी विच हुण एक्शन लेना पैना है। इस दे नाल ही जिहड़ा शशि कांत डायरैक्टर जनरल पुलिस ने पंजाब अते हरियाणा हाई कोर्ट दे विच मुकदमा दर्ज किया होया सी, उस दे विच पंजाब प्रदेश कांग्रेस के प्रधान बाजवा अते एक होर सन जिहड़े उन्हां दे नाल, उन्होंने अपनी पटीशन दाखिल की। प्रताप सिंह बाजवा ने ते एक होर कि सानू भी इस दे विच शामिल किया जाए, मगर अदालत दे विच जदों उन्होंने दस्तावेज़ देन दी बजाए अखबारां दीआं कतरना पेश कीतियां, उस दे उत्ते हाई कोर्ट ने अपने रंज और गुस्से का इजहार करदियां होया जिहड़े डबल बेंच सी चीफ जस्टिस संजय किशन कौल ने पूरी तरह झाड़ लाई कि सानू असी इस मामले का राजनीतिकरण नहीं चाहते, बल्कि असी चाहते हाँ कि इहदे ते सारियां एजेंसियां मिल के और कम करन और जे को कमी है तो उस दे बारे दसन, कानून नू पुख्ता किया जाए और जिहड़ियां एजेंसीज़ बनियां होईयां हन उन्हां दा आपस दे विच तालमेल जरूर होना चाहिदा है। सो ये जिहड़ी इस दे उत्ते सरदार प्रताप सिंह बाजवा की दरखास्त दे उत्ते जो अपने टिप्पणियां हाई कोर्ट वल्लों आईयां और ये जदों साफ हो गया कि हाई कोर्ट उस दरखास्त नूं रद्द करन वाली है तो बाजवा साहब दे वकील ने बेनती की कोर्ट नूं कि उन्हां दी दरखास्त रद्द ना की जाए, बल्कि उन्हां नूं इजाज़त दिती जाए कि वह अपना मुकदमा वापस लै लैण। उन्होंने अपनी दरखास्त जिहड़ी पटीशन सी वह वापस लै ली और उसनों रद्द किया, विदड्रॉन एज डिसमिस्ड समझिया जाए। सो ये दो सुरखियां हन। इस तो अगले प्रोग्राम दे विच, अगले सैगमेंट विच असी गल करांगे डेरा डेरावाद और जो कुछ पंजाब दे विच वापरिया है और साड़ी कोशिश होएगी कि असी अपने मेहमान नूं लै सकीए ताकि वह सानू इस दे बारे कोई जानकारी भी दे सकन एक वक्फे दे बाद। Tax Raja. We are tax planners, not just tax preparers. Tax Raja kol tajurbekar CPAs, tax planners ate tax preparers han. Assi individual te business tax returns, income tax filing, bookkeeping, payroll, financial statement, free e-file, free tax advice, free review te IRS representation karde han. Jaldi tax file karo ate jaldi refund pao. Taxi, limousine, construction, veera lai. Ate naal hi naal self-employed lai special price. We have multiple locations. Aaj hi call karo 718-880-1992. Mystic Brokerage. Tuhadiya car insurance sambandhi zarurtaan da ikko ik solution. Jo karda hai tuhadi budget, black cards, green cards, te library vich. ਆਪਣੀ ਇੰਸ਼ੋਰੈਂਸ ਨੂੰ ਰੀਨਿਊ ਕਰਵਾਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਮਿਲੋ ਟੈਕਸੀ ਤੇ ਲਿਮੋਜ਼ੀਨ ਦੇ ਸਪੈਸ਼ਲਿਸਟ। ਮੈਡੀਲੀਅਨਸ ਲਈ ਫਾਈਨੈਂਸ ਫੈਸਿਲਿਟੀ ਵੀ ਅਵੇਲੇਬਲ ਹੈ। ਅਸੀਂ ਕਰਾਂਗੇ ਸੇਵ ਤੁਹਾਡੀ ਮਨੀ। ਕਿਸੇ ਵੀ ਜਾਣਕਾਰੀ ਲਈ ਕਾਲ ਕਰੋ 718-349-7610 ਤੇ। ਕੰਟੈਕਟ ਕਰੋ ਫਰਵਰੀ 2014 ਦੀ ਇੰਡੀਵਿਜੁਅਲ ਮੈਡੀਲੀਅਨ ਆਕਸ਼ਨ ਲਈ। अरे हुजूर, सुबह सुबह इतना खूबसूरत तोहफा खास है।
रसमलाई। वाह, देसी काजू के दानों से बनी दूध मलाई और मिठास हल्की सी। काजू कतली बम्बई से लाई? नहीं अंकल जी, शामियाना मिठाई मेड इन अमेरिका। शामियाना मिठाई मेड प्योर, मेड फ्रेश, मेड हियर। जो भी पके ऐसा पके, जहाँ भी जो हो खींचा चला आए। MBH मसाले, किचन किंग हो या गरम मसाला, पाव भाजी या चटनी चाट मसाला, असली मसाले सच सच MBH MBH। नो शुगर नो शुगर प्रेशर। शुक्रिया लक्ष्मी, लोअर GI वैल्यू बासमती राइस फॉर पीपल विद डायबिटीज आया है। अब दादाजी को थोड़ी तो वैरायटी मिलनी चाहिए ना खाने में। दादाजी, दाल चावल जैसी तो दुनिया में कोई चीज ही नहीं, पर थोड़ी खीर भी मिल जाती तो। लक्ष्मी लोअर GI वैल्यू बासमती राइस है खास डायबिटिक्स के लिए। अब कम से कम लाइफ में खाने की खुशी मिलनी ही चाहिए ना। लक्ष्मी लोअर GI वैल्यू बासमती राइस, खास तौर पर डायबिटिक्स के लिए। अरे तुमने मेरे हाथ के पकौड़े नहीं खाए। तुम अपने आशिकों को छोड़ हमें मौका दोगी तब ना। लक्ष्मी लक्ष्मी, तो मैं बनाती थी स्पेशली गांव से देसी बेसन मंगवा कर। क्यों, यहाँ का बेसन नहीं चलता? यहाँ के बेसन में वो बात कहाँ। पर ये तो लक्ष्मी है, इनको लक्ष्मी के बारे में बताने की जरूरत नहीं। लक्ष्मी बेसन कहाँ मिलता है? आंटी जी, किसी भी इंडियन स्टोर में लक्ष्मी बेसन। मेड प्योर, मेड फ्रेश, मेड हियर। ग्रुप तजर्बेकार वकीलादी टीम जिनानु महारत हासिल है इमिग्रेशन इंक्लूडिंग असाइलम, डिपोर्टेशन डिफेंस, फैमिली एम्प्लॉयमेंट एंड इन्वेस्टमेंट बेस्ड इमिग्रेशन। एथे हर तरह दे क्रिमिनल केसेस जिमे वायलेशन, टैक्सी लिमोजिन कमीशन दे मामले, रेजिडेंशियल अते कमर्शियल क्लोजिंग, डाइवोर्स केसेस, विल अते ट्रस्ट रिलेटेड केसेस भी सॉल्व कीते जांदे ने। क्लाइंट सी सुविधा लई साडियां ब्रांचेस हर मेजर ट्रेन लाइन से नजदीक हन। AJZE 4523। असी वीकेंड अते लेट आर अपॉइंटमेंट भी लैंदे हां। असी बोलांगे तुहाडी बोली। कांटेक्ट करन ते तुहानू मिलेगा तुरंत तसल्ली बख्श रिस्पांस। कांटेक्ट करन ली साडे नंबर्स ने 888-824-7227 अते 917-728-0049। अपना बाजार कैश एंड कैरी, द बिगेस्ट एंड द ओल्डेस्ट ग्रॉसरी स्टोर इन द टाउन। फॉर ऑल योर डेली ग्रॉसरीज, फ्रेश प्रोड्यूस, फ्रूट्स एंड वेजिटेबल्स, मोर देन 12,000 ग्रॉसरी आइटम्स एंड प्रोड्यूस्ड एट कॉम्पिटिटिव प्राइसेस। अपना बाजार कैश एंड कैरी। एम्पल फ्री पार्किंग, अपना बाजार, एडिसन, न्यू जर्सी। गेट पंजाबी दे दानश्वर दर्शकां ते सुचेत स्रोता जनां दा वक्फे दे बाद निघा स्वागत है। जिहड़ी खबर दे बारे असी तुहाडे नाल चर्चा कीती है कि दिव्य जागृति जागरण संस्थान दे मुखी आशुतोष, उन्हां दी रात नूं उन्हां दी मौत हो चुकी है, पर ओ माहौल उत्थे की है, उन्हां नूं जिहड़े उन्हां दे चेले हन या जिहड़े उत्थे दे प्रबंधक हन ओह इस गल तों इनकार कर रहे हन कि उन्हां दी मौत हो चुकी है। ਉਹ ਕਹਿੰਦੇ ਹਨ ਕਿ ਸਾ ਮਹਾਰਾਜ ਜੀ ਸਮਾਧੀ ਦੇ ਵਿੱਚ ਹਨ। ਸਾਡੇ ਨਾਲ ਸਾਨੂੰ ਖੁਸ਼ੀ ਹੈ ਕਿ ਬਹੁਤ ਸੀਨੀਅਰ ਪੱਤਰਕਾਰ ਅਜੀਤ ਜਲੰਧਰ ਦੇ ਸਰਦਾਰ ਮੇਜਰ ਸਿੰਘ ਜੀ ਸਾਡੇ ਨਾਲ ਲਾਈਨ ਦੇ ਉੱਤੇ ਜੁੜ ਗਏ, ਜਿਹੜੇ ਕਿ ਖੁਦ ਉੱਥੇ ਪਹੁੰਚੇ ਵੀ ਸਨ, ਇਹਨਾਂ ਨੇ ਉਹ ਸਾਰੇ ਹਾਲਾਤ ਵੀ ਦੇਖੇ
ਅਤੇ ਇਸ ਅਸੀਂ ਸਾਨੂੰ ਇਹ ਜ਼ਰੂਰੀ ਜਾਣਕਾਰੀ ਵੀ ਦੇਣਗੇ। ਮੇਜਰ ਸਿੰਘ ਜੀ, ਗੈਟ ਪੰਜਾਬੀ ਰਾਹੀਂ ਅਮਰੀਕਾ ਅਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ, ਅਤੇ ਸਤਿ ਸ਼੍ਰੀ ਅਕਾਲ ਲੰਬਾ ਜੀ। ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ ਤੁਸੀਂ ਮੈਨੂੰ ਟਾਈਮ ਦੇ ਰਹੇ ਹੋ ਜੀ। ਜੀ 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 ਸਾਡੀ ਖੁਸ਼ੀ ਹੈ ਸਾਨੂੰ, ਕਿਉਂਕਿ ਤੁਸੀਂ ਬਿਲਕੁਲ ਜਿਹਨੂੰ ਕਹਿੰਦੇ ਮੌਕਾ ਏ ਵਾਰਦਾਤ ਦੇ ਉੱਤੇ ਆਖੋ ਦੇਖਾ ਹਾਲ ਤੁਸੀਂ ਦੱਸ ਸਕਦੇ ਹੋ ਸਾਨੂੰ। ਸੋ ਤੁਸੀਂ ਉੱਥੇ ਗਏ ਸੀ, ਇਹ ਘਟਨਾ ਹੈ ਕੀ ਔਰ ਕਿਉਂ ਹੋਇਆ? ਆਮ ਤੌਰ ਦੇ ਉੱਤੇ ਕੋਈ ਵੀ ਕਿਸੇ ਦਾ ਮੌਤ ਹੋ ਜਾਣੀ ਇੱਕ ਆਮ ਜੀ ਗੱਲ ਹੁੰਦੀ ਹੈ, ਪਰ ਇਹ ਕੀ ਕਾਰਨ ਹੈ ਕਿ ਇਸ ਨੂੰ ਇੰਨੀਆਂ ਵੱਡੀਆਂ ਸੁਰਖੀਆਂ ਦੇ ਵਿੱਚ ਆ ਗਿਆ ਔਰ ਇੰਨਾ ਕੁਛ ਇਹਦੇ 'ਤੇ ਜ਼ਾਹਿਰ ਕੀਤਾ ਜਾ ਰਿਹਾ, ਇਹਦਾ ਕੀ ਕਾਰਨ ਹੈ? ਲੰਬਾ ਜੀ ਦੇਖਿਆ ਜਾਵੇ ਇਕੱਲੀ ਇਹ ਜਿਹੜੇ ਆਸ਼ੂਤੋਸ ਜੀ ਹੈ ਨਾ, ਇਹ ਦਿਵਾ ਜੋਤੀ ਜਾਗਰਨ ਸੰਸਥਾਨ ਦੇ ਜੀ, ਇਹ ਸ਼ੁਰੂ ਤੋਂ ਹੀ ਵਿਵਾਦ ਗ੍ਰਸਤ ਰਹੇ ਹੈ, ਕਿਸੇ ਨਾ ਕਿਸੇ ਕੰਟਰੋਵਰਸੀ 'ਚ ਬਸੀ ਫਸੇ ਰਹੇ ਨਾ ਜੀ ਸਾਰੀ ਜ਼ਿੰਦਗੀ। ਹਾਂਜੀ, ਤੇ ਲੱਗਦਾ ਕਿ ਉਹਨਾਂ ਦਾ ਅੰਤ ਵੀ ਕੰਟਰੋਵਰਸੀ 'ਚ ਹੀ ਹੋ ਗਿਆ, ਕਿਉਂਕਿ ਨਹੀਂ ਹੁੰਦਾ ਕਿ ਮੌਤ ਲਗਭਗ ਨਹੀਂ, ਬਹੁਤਾ ਕਰਕੇ ਘੱਟ ਕੰਟਰੋਵਰਸੀ ਹੁੰਦੀ ਹੈ ਜੀ ਜੀ, ਪਰ ਉਹਨਾਂ ਦੀ ਮੌਤ ਵੀ ਕੰਟਰੋਵਰਸੀ ਦਾ ਵਿਸ਼ਾ ਬਣ ਗਿਆ। ਹਾਂਜੀ ਹਾਂਜੀ, ਇਹ ਕੱਲ ਸਵੇਰੇ ਜਦੋਂ ਸਾਰੇ ਇੱਥੇ ਚੈਨਲਾਂ ਨੇ ਜਾਂ ਹੋਰ ਸਮਾਂ ਤੇ ਖਬਰ ਆਈ ਹਾਂਜੀ ਆਸ਼ੂਤੋਸ ਮੌਤ ਹੋ ਚੁੱਕੀ ਹੈ, ਉਸ ਸਮੇਂ ਬਹੁਤੇ ਪ੍ਰਬੰਧਕ ਵੀ ਇਹੀ ਕਹਿ ਰਹੇ ਸੀ ਕਿ ਆਸ਼ੂਤੋਸ ਦੀ ਮੌਤ ਹੋ ਚੁੱਕੀ ਹੈ। ਹਾਂਜੀ, ਪਰ ਕੁਝ ਸਮੇਂ ਬਾਅਦ ਉਹਨਾਂ ਦਾ ਜਿਹੜਾ ਚੀਫ ਸਪੋਕਸਮੈਨ ਹੈ ਉਹਨੇ ਕੁਛ ਇੱਕ ਦੋ ਚੈਨਲਾਂ ਤੱਕ ਪਹੁੰਚ ਕਰਕੇ ਕਿਹਾ ਕਿ ਉਹਨਾਂ ਦੀ ਮੌਤ ਨਹੀਂ ਹੋਈ, ਸਗੋਂ ਉਹ ਸਮਾਧੀ 'ਚ ਲੀਨ ਹੋ ਗਏ ਨੇ। ਹਾਂਜੀ, ਉਸ ਨਾਲ ਇੱਕ ਨਵੀਂ ਕੰਟਰੋਵਰਸੀ ਪੈ ਪਈ ਜੀ। ਕੱਲ ਉੱਥੇ 11-12 ਵਜੇ ਸਮੁੱਚਾ ਮੀਡੀਆ ਵੀ ਪਹੁੰਚ ਗਿਆ ਸੀ ਡੇਰੇ ਤੇ ਜੀ, ਉੱਥੇ ਪਹੁੰਚੇ ਸੀ ਤਾਂ ਕੁਝ ਸ਼ਰਧਾਲੂ ਵੀ ਆ ਚੁੱਕੇ ਸੀਗੇ ਜੀ। ਪਹਿਲਾਂ ਪਹਿਲ ਸ਼ਰਧਾਲੂ ਜਾਂ ਖਾਸ ਤੌਰ ਤੇ ਔਰਤਾਂ ਰੋਂਦੀਆਂ ਹੀ ਵੇਖੀਆਂ ਗਈਆਂ ਉੱਥੇ ਜੀ ਜੀ, ਉਹਨਾਂ ਨੂੰ ਬੜੇ ਪਲੈਨਡ ਵੇ ਨਾਲ ਸਾਰਿਆਂ ਨੇ ਕਿਹਾ ਚੁੱਪ ਰਹਿਣ ਲਈ ਕਿਹਾ ਜੀ, ਔਰ ਸਾਹਮਣੇ ਜਿਹੜਾ ਲਾਨ ਹੈ ਉਹਦੇ ਵਿੱਚ ਬਿਠਾ ਕੇ ਕਿਹਾ ਇੱਥੇ ਤੁਸੀਂ ਜਿਹੜਾ ਉਹ ਯੋਗਾ ਕਰੋ, ਅਖੰਡ ਮਤਲਬ ਹੋ ਜਿਹੜੀ ਹੈ ਨਾ ਕਿਸਮ ਦੀ ਅਰਦਾਸ ਉਹ ਕਰੋ ਜੀ ਜੀ, ਤਾਂ ਕਿ ਬਾਬਾ ਜੀ ਦੀ ਸਮਾਧੀ ਜਿਹੜੀ ਉਹ ਨਿਰਵਿਘਨ ਚੱਲ ਸਕੇ ਜੀ ਜੀ। ਤੇ ਉਸ ਦੇ ਜਿਹੜੇ ਸਾਰੇ ਮਾਮਲੇ ਤੇ ਫਿਰ ਉਹਨਾਂ ਦੇ ਚੀਫ ਸਪੋਕਸਮੈਨ ਹੈਗੇ ਜੀ ਵਿਸ਼ਾਲਾਨੰਦ, ਸਵਾਮੀ ਵਿਸ਼ਾਲਾਨੰਦ ਜੀ ਜੀ, ਉਹਨਾਂ ਨੇ ਫਿਰ ਆ ਕੇ ਪ੍ਰੈਸ ਕਾਨਫਰੰਸ ਕੀਤੀ ਕੱਲ ਕਰੀਬ 2 ਵਜੇ ਜੀ। ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਬੀਤੀ 12:15 ਵਜੇ ਰਾਤ 12:15 ਵਜੇ ਆਸ਼ੂਤੋਸ ਖਾਂਸੀ ਦੀ ਸ਼ਿਕਾਇਤ ਸੀਗੀ ਜੀ, ਤੇ ਉਹਨਾਂ ਦੇ ਟੈਸਟ ਛਾਤੀ 'ਚ ਬੜਾ ਤੇਜ਼ ਦਰਦ ਹੋਇਆ ਜੀ। ਉਸ ਤੋਂ ਬਾਅਦ ਸਾਡੇ ਉੱਥੇ ਉਹਨਾਂ ਦੇ ਜੋ ਪ੍ਰਬੰਧਕ ਸੀਗੇ ਉਹਨਾਂ ਨੇ ਡਾਕਟਰ ਬੁਲਾਏ ਜੀ, ਤੇ ਡਾਕਟਰਾਂ ਦੇ ਆਉਣ ਤੇ ਮਤਲਬ ਉਹ ਆਪਣੀ ਸਰੀਰ ਕਿਰਿਆ ਰੋਕ ਚੁੱਕੇ ਸੀ ਜੀ, ਜੋ ਉਹਨਾਂ ਦੇ ਕਹਿਣ ਮੁਤਾਬਕ ਹਾਂਜੀ, ਜਿਹਨੂੰ ਡਾਕਟਰਾਂ ਨੇ ਕਿਹਾ ਕਿ ਉਹ ਸਰੀਰਕ ਤੌਰ ਤੇ ਮ੍ਰਿਤਕ ਹੋ ਚੁੱਕੇ ਨੇ ਜੀ ਜੀ ਜੀ। ਉਹਨਾਂ ਨੇ ਇਹ ਵੇਖਿਆ ਸੀ ਕਿ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਨੇ ਬਹੁਤ ਉੱਚੀ ਪਹੁੰਚ ਵਾਲੇ ਕਰਮ ਯੋਗੀ ਹੁੰਦੇ ਨੇ, ਉਹ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਆਪਣੀ ਸਾਰੀ ਸਰੀਰਕ ਕਿਰਿਆ ਰੋਕ ਲੈਂਦੇ ਨੇ, ਉਹਦੀ ਪਲਸ ਵੀ ਬੰਦ ਹੋ ਜਾਂਦੀ ਹੈ, ਦਿਲ ਦੀ ਧੜਕਣ ਵੀ ਬੰਦ ਹੋ ਜਾਂਦੀ ਹੈ, ਤੇ ਕੁਛ ਸਮੇਂ ਬਾਅਦ ਉਹ ਫਿਰ ਵਾਪਸ ਉਸੇ ਸਰੀਰ 'ਚ ਆ ਜਾਂਦੇ ਨੇ ਜੀ ਜੀ। ਉਸੇ ਸਮਾਧੀ 'ਚ ਸਾਡੇ ਜਿਹੜੇ ਉਹ ਬਾਬਾ ਜੀ ਗਏ ਹੋਏ ਨੇ ਇਸ ਵੇਲੇ, ਤੇ ਉਹਨੇ ਕਿਹਾ ਕਿ ਅਸੀਂ 3 ਦਿਨ ਦਾ ਸਮਾਂ ਦਿੱਤਾ ਕਿ 3 ਦਿਨ ਦੇ ਵਿੱਚ ਉਹ ਵਾਪਸ ਆਪਣੀ ਸਮਾਧੀ ਤੋਂ ਲੀਨ 'ਚੋਂ ਬਾਹਰ ਆ ਜਾਣਗੇ। ਹਾਂਜੀ, ਪਰ ਉਹ ਕਈ ਗੱਲਾਂ ਦਾ ਉੱਥੇ ਜਵਾਬ ਨਹੀਂ ਦੇ ਸਕੇ। ਹਾਂਜੀ, ਪਹਿਲਾਂ ਤਾਂ ਇਹ ਸੀ ਕਿ ਸਰੀਰਕ ਤੌਰ ਤੇ ਜੇ ਉਹ ਖਤਮ ਹੋ ਚੁੱਕੀ ਹੈ ਜਾਂ ਉਹਦੀ ਮੌਤ ਹੋ ਚੁੱਕੀ ਹੈ, ਕਲੀਨਿਕਲ ਡੈਥ ਜਿਹਨੂੰ ਕਹਿੰਦੇ ਉਹ ਮੰਨਦੇ ਹੈ ਇਸ ਗੱਲ ਨੂੰ, ਮੰਨ ਰਹੇ ਕਲੀਨਿਕਲ ਡੈਥ ਹੋ ਗਈ ਹੈ। ਹਾਂਜੀ ਹਾਂਜੀ, ਬਟ ਸਪਿਰਚੁਅਲੀ ਹੀ ਇਜ਼ ਅਲਾਈਵ ਇਹਨਾਂ ਦੇ ਸ਼ਬਦ ਸੀ ਜੀ। ਪਰ ਇਹ ਇੱਕ ਪਾਸੇ ਉਹ ਸਾਰੀਆਂ ਗੱਲਾਂ ਕਰੀ ਜਾ ਰਹੇ ਸੀ, ਪਰ ਦੂਜੇ ਪਾਸੇ ਡਿਬੇ ਦੇ ਵਿੱਚ ਕੁਝ ਕਨਸੋਆਂ ਇਹੋ ਜਿਹੀਆਂ ਵੀ ਆ ਰਹੀਆਂ ਸੀਆਂ ਕਿ ਸ਼ੁੱਕਰਵਾਰ ਨੂੰ ਉਹਨਾਂ ਦਾ ਸੰਸਕਾਰ ਕਰ ਦੇਣਾ, ਉਹਦੀਆਂ ਤਿਆਰੀਆਂ ਵੀ ਉੱਥੇ ਆਰੰਭ ਹੋ ਗਈਆਂ ਜੀ ਜੀ, ਕਿਉਂਕਿ ਡੇਰੇ ਦੇ ਮੁੱਖ ਦੁਆਰ ਤੇ ਹਰੇ ਚਾਰੇ ਦੇ ਕੁਝ ਖੇਤ ਹੈ। ਹਾਂਜੀ, ਉਹ ਕੱਲ ਹੀ ਸਵੇਰੇ ਤੇਜ਼ੀ ਨਾਲ ਮਜ਼ਦੂਰ ਲਾ ਕੇ ਕੱਟਣੇ ਸ਼ੁਰੂ ਕਰ ਦਿੱਤੇ ਗਏ ਜੀ ਜੀ ਜੀ, ਜਿਹਨਾਂ ਬਾਰੇ ਕਿਹਾ ਜਾਂਦਾ ਸੀ ਕਿ ਬਾਬਾ ਜੀ ਦੇ ਅੰਤਮ ਸੰਸਕਾਰ ਸਮੇਂ ਭਾਰੀ ਗਿਣਤੀ ਵਿੱਚ ਆਉਣ ਵਾਲੀ ਸੰਗਤ ਨੂੰ ਬੈਠਣ ਲਈ ਜਗ੍ਹਾ ਬਣਾਈ ਜਾ ਰਹੀ ਹੈ ਜੀ। ਇਸ ਦੇ ਨਾਲ ਨਾਲ ਵੱਡੀ ਗਿਣਤੀ 'ਚ ਪੁਲਿਸ ਵੀ ਉੱਥੇ ਤੈਨਾਤ ਕਰ ਦਿੱਤੀ ਗਈ ਹੈ। ਹਾਂਜੀ ਹਾਂਜੀ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਕੱਲੀ ਨੂਰ ਮਹਿਲ 'ਚ ਉਹਨਾਂ ਦੇ ਡੇਰੇ 'ਚ ਢੋ ਦਿੱਤੀ ਗਈ ਸੀ ਜੀ, ਤੇ ਉੱਥੇ ਬੈਰੀਕੇਡ ਲਗਾ ਕੇ ਘੱਟੋ ਘੱਟ 15 ਲਾਂਘੇ ਬਣਾਏ ਗਏ ਪੁਲਿਸ ਨੇ ਹਾਂਜੀ ਅੰਦਰ ਜਾਣ ਲਈ, ਜਿਹਨਾਂ ਦੀ ਤਲਾਸ਼ੀ ਲੈ ਕੇ ਉਹ ਬੈਰੀਕੇਡ ਰਾਹੀਂ ਅੰਦਰ ਜਾਣਗੇ ਜੀ। ਇਹਦਾ ਮਤਲਬ ਹੈ ਕਿ ਪੁਲਿਸ ਨੇ ਸੰਸਕਾਰ ਵੇਲੇ ਆਉਣ ਲਈ ਸੰਗਤ ਦਾ
ख्याल रख दिया वड्डी पद्धर से तैयारियां कर ली है जी जी बहुत वड्डी पद्धर से इलेक्ट्रिक साइड ਉੱਥੇ ਪਾਰਕਿੰਗ ਲਈ ਈਅਰ ਮਾਰਕ ਕੀਤਾ ਜਾਏਗਾ ਉਹ ਸਾਰੀਆਂ ਗੱਲਾਂ ਦੱਸਣੀਆਂ ਗਈਆਂ ਕਿ ਬਾਬਾ ਜੀ ਦੇ ਬੇਟਾ ਉਹਨਾਂ ਦਾ ਆਸ਼ੂਤੋਸ਼ ਰਾਮ ਦੇ ਤਿਆਰੀਆਂ ਕੱਲ੍ਹ ਭਾਵੇਂ ਉਹ ਕਹੀਂ ਜਾ ਰਹੇ ਸੀ ਕਿ ਉਹਨਾਂ ਦੀ ਡੈਥ ਨਹੀਂ ਹੋਈ ਪਰ ਸਾਰੀਆਂ ਜੋ ਤਿਆਰੀਆਂ ਸੀਆਂ ਉਹ ਇਹੀ ਸੰਕੇਤ ਦੇ ਰਹੀਆਂ ਸੀਆਂ ਕਿ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਦੀ ਡੈਥ ਨਹੀਂ ਹੋਈ ਸੰਸਕਾਰ ਨੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਇਸ ਤਰ੍ਹਾਂ ਦਾ ਉੱਥੇ ਮਾਹੌਲ ਉਭਰਿਆ ਹੋਇਆ ਜੀ 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 ਮੇਜਰ ਸਿੰਘ ਜੀ ਇਹ ਦੱਸੋਗੇ ਅਸੀਂ ਇੱਕ ਚੀਜ਼ ਜਾਣਨਾ ਚਾਹੁੰਦੇ ਹਾਂ ਕਿਉਂਕਿ ਤੁਸੀਂ ਵੀ ਕਿਹਾ ਕਿ ਉਹ ਸ਼ੁਰੂ ਤੋਂ ਹੀ ਵਿਵਾਦਗ੍ਰਸਤ ਰਹੇ ਵਿਵਾਦਾਂ ਦੇ ਨਾਲ ਉਹਨਾਂ ਦਾ ਚੋਲੀ ਦਾਮਨ ਦਾ ਰਿਸ਼ਤਾ ਰਿਹਾ ਪਰ ਵਿਵਾਦਗ੍ਰਸਤ ਦੇ ਇਲਾਵਾ ਇੱਕ ਹੋਰ ਚੀਜ਼ ਵੀ ਸੀ ਕਿ ਉਹ ਬੜੀ ਜਿਵੇਂ ਇੱਕ ਗੁਪਤ ਤਰੀਕੇ ਦੇ ਨਾਲ ਕਿੱਥੋਂ ਆਏ ਕਿੱਥੇ ਹੈ ਕੌਣ ਹੈ ਕੀ ਬੈਕਗਰਾਊਂਡ ਹੈ ਕੀ ਕਰਦੇ ਹੈ ਕਦੇ ਕੋਈ ਭਾਸ਼ਣ ਨਹੀਂ ਕੁਛ ਨਹੀਂ ਔਰ ਇਹ ਜਿਹੜੀਆਂ ਆਪਰੇਸ਼ਨਸ ਇੰਨੇ ਵੱਡੇ ਪੈਮਾਨੇ ਦੇ ਉਹਨਾਂ ਦੀ ਸੰਸਥਾ ਵੱਲੋਂ ਸੀ ਉਸ ਸੰਸਥਾ ਵੱਲੋਂ ਔਰ ਫਿਰ ਨਾ ਕੇਵਲ ਸੰਸਥਾ 'ਚ ਹੋਣੀਆਂ ਬਲਕਿ ਉਹਨਾਂ ਦੀਆਂ ਜਿਹੜੀਆਂ ਪੁਸਤਕਾਂ ਛਾਪੀਆਂ ਉਹਦੇ 'ਚ ਵੀ ਗੁਰਬਾਣੀ ਦਾ ਗੁਰਮਤ ਦਾ ਬੜੇ ਸਿੱਧੇ ਲਫਜ਼ਾਂ ਦੇ ਵਿੱਚ ਉਹਦਾ ਮਜ਼ਾਕ ਵੀ ਉਡਾਇਆ ਗਿਆ ਔਰ ਜਿਹਦੇ ਕਰਕੇ ਕਈ ਜਗ੍ਹਾ ਝਗੜੇ ਵੀ ਹੋਏ ਅਤੇ ਇਹ ਕੀ ਕਾਰਨ ਸੀ ਕਿ ਜੇ ਖਾਲੀ ਧਾਰਮਿਕ ਸੀ ਤਾਂ ਉਹ ਝਗੜੇ ਕਿਉਂ ਹੋ ਜਾਂਦੇ ਸੀ ਵਾਰ ਵਾਰ ਇੱਦਾਂ ਦੇ ਵਿਵਾਦ ਕਿਉਂ ਪੈਦਾ ਕਰਦੇ ਸੀ ਵਿਵਾਦਗ੍ਰਸਤ ਹੋਣਾ ਹੋਰ ਗੱਲ ਹੈ ਪਰ ਝਗੜੇ ਪੈਦਾ ਹੋ ਜਾਣੇ ਜਿਹੜੇ ਕਿ ਇਹ ਇਹਦਾ ਕੀ ਕਾਰਨ ਸੀਗਾ ਲੰਬ ਜੀ ਜੇ ਦੇਖੀਏ ਨਾ ਅਸੀਂ ਤਾਂ ਇਹ ਆਸ਼ੂਤੋਸ 1984 ਚ ਪਹਿਲੀ ਵਾਰ ਨੂਰਮਹਿਲ ਆਇਆ ਗਿਆ ਜੀ ਜੀ ਨੂਰਮਹਿਲ ਆ ਕੇ ਉਹਨੇ ਇੱਕ ਛੋਟਾ ਜਿਹਾ ਕਰ ਲਿਆ ਜੀ ਜਿੱਥੇ ਬੈਠ ਕੇ ਜੀ ਉਹ ਕੁਛ ਬੰਦਿਆਂ ਨੇ ਆਪਣੀ ਜਿਹੜੀ ਉਹ ਸਤਸੰਗ ਲਾਉਣ ਲੱਗਿਆ ਜੀ ਉਹਨਾਂ ਦਿਨਾਂ ਦੇ ਵਿੱਚ ਉਹ ਲਾਈਟਾਂ ਜਗਾ ਕੇ ਕੋਈ ਇੱਕ ਅਡੰਬਰ ਰੱਖਦਾ ਸੀ ਲਾਈਟਾਂ ਜਗਾਈਆਂ ਉਹਦੇ ਵਿੱਚ ਪਰਮਾਤਮਾ ਦੇਖਦਾ ਜਾਂ ਕੋਈ ਇਸ ਤਰ੍ਹਾਂ ਦਾ ਜੀ ਇਸ ਕਰਕੇ ਉਹਨਾਂ ਦਿਨਾਂ 'ਚ ਇਹਨੂੰ ਲਾਈਟਾਂ ਵਾਲੇ ਬਾਬੇ ਦੇ ਨਾਂ ਤੇ ਮਸ਼ਹੂਰ ਕੀਤਾ ਗਿਆ ਹਾਂਜੀ ਉਹਦੇ ਦੀ ਪਹੁੰਚ ਵੀ ਖਾਸ ਨਹੀਂ ਸੀ ਉਹ ਨੇੜੇ ਤੇਰੇ ਮਨੂਰ ਮਹਿਲ ਦਾ ਆਲੇ ਦੁਆਲੇ ਦੇ ਕੁਛ ਪਿੰਡਾਂ ਤੱਕ ਸੀਗੀ ਜੀ ਫਿਰ ਹੌਲੀ ਹੌਲੀ ਇਹਨੇ ਬੜੀ ਗਿਣੇ ਮਿੱਥੇ ਤਰੀਕੇ ਨਾਲ ਆਪਣਾ ਘੇਰਾ ਅੰਮ੍ਰਿਤਸਰ ਤਰਨ ਤਾਰਨ ਤੱਕ ਵਧਾਇਆ ਜੀ ਇੱਧਰ ਮੋਗੇ ਤੱਕ ਵਧਾਇਆ ਔਰ ਕੁਝ ਰਾਜਸੀ ਲੋਕ ਵੀ ਇੱਥੇ ਆਉਣੇ ਸ਼ੁਰੂ ਹੋ ਗਏ ਜੀ ਜਿਹਨਾਂ 'ਚ ਅਕਾਲੀ ਲੀਡਰ ਵੀ ਸੀ ਜੀ ਕਾਂਗਰਸੀ ਵੀ ਸੀ ਜੀ ਬੀਜੇਪੀ ਦੇ ਆਗੂ ਵੀ ਸੀ ਜੀ ਉਹਨਾਂ ਦੇ ਆਉਣ ਨਾਲ ਤੇ ਤੁਹਾਨੂੰ ਪਤਾ ਕਿ ਜਦੋਂ ਸਿਆਸੀ ਲੋਕ ਵੱਡੇ ਆਉਣ ਲੱਗ ਜਾਣ ਉਸ ਨਾਲ ਲੋਕਾਂ ਦੇ ਵਿੱਚ ਉਹਨਾਂ ਦਾ ਇੱਕ ਵੱਖਰਾ ਹੀ ਮਤਲਬ ਰੁਤਬਾ ਬਣ ਜਾਂਦਾ ਹੈਗਾ ਜੀ 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 ਜਿਹਦੇ ਨਾਲ ਇਹਨੂੰ ਹੋਰ ਵਧੇਰੇ ਮਾਨਤਾ ਮਿਲਣੀ ਸ਼ੁਰੂ ਹੋਈ ਜੀ ਜੀ ਆਸ਼ੂਤੋਸ ਅਸਲ 'ਚ ਖ਼ਬਰਾਂ 'ਚ ਆਇਆ 1998-99 'ਚ ਜੀ ਜਿਹਦੇ ਨੇ ਵੱਡੇ ਦਰਬਾਰ ਲਾਉਣੇ ਸ਼ੁਰੂ ਕੀਤੇ ਔਰ ਕਿਤਾਬਾਂ ਛਪੀਆਂ ਹਾਂਜੀ ਇਸ ਬਾਰੇ ਸਿੱਖ ਸੰਸਥਾਵਾਂ ਨੇ ਇਤਰਾਜ਼ ਉਠਾਏ ਹਾਂਜੀ ਕਿ ਉਹ ਭਾਵੇਂ ਪਖੰਡ ਤੈਅ ਕਰਦਾ ਕਿ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂਜੀ ਪਰ ਇਸ ਨਾਂ ਦੇ ਉੱਤੇ ਉਹ ਗੁਰਬਾਣੀ ਦਾ ਹਾਂਜੀ ਗੁਰੂ ਗ੍ਰੰਥ ਸਾਹਿਬ ਦਾ ਔਰ ਸਾਡੇ ਗੁਰੂਆਂ ਦਾ ਅਪਮਾਨ ਕਰਦਾ ਹੈ ਜੀ 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 ਉੱਥੇ ਰੱਖ ਕੇ ਆਪ ਨੰਗੇ ਸਿਰ ਬੈਠਣਾ ਸਟੇਜ ਤੇ ਬੈਠਣਾ ਉੱਚੀ ਥਾਂ ਤੇ ਹੋਰ ਇਸ ਤਰ੍ਹਾਂ ਦੇ ਕਿੰਨੀਆਂ ਵਗਿਆ ਹੋਈਆਂ ਹਾਂਜੀ ਇਹਦੇ ਕਰਕੇ ਉਹਦਾ ਜਿਹੜਾ ਹੈਗਾ ਉਹ ਟਕਰਾਅ ਸ਼ੁਰੂ ਹੋਇਆ ਹਾਂਜੀ ਸਭ ਤੋਂ ਪਹਿਲਾਂ ਜਲੰਧਰ ਚ ਹੋਇਆ ਜੀ ਫਿਰ ਅੰਮ੍ਰਿਤਸਰ ਤਰਨ ਤਾਰਨ ਉਸ ਤੋਂ ਬਾਅਦ 2003 ਚ ਲੁਧਿਆਣਾ ਵਿਖੇ ਹਾਂਜੀ ਵੱਡਾ ਜਿਹੜਾ ਹੋ ਟਕਰਾਅ ਹੋਇਆ ਜਿਹਦੇ 'ਚ ਇੱਕ ਬੰਦਾ ਮਾਰਿਆ ਵੀ ਗਿਆ ਸੀਗਾ ਹਾਂਜੀ ਹਾਂਜੀ ਤੇ ਉਸ ਸਮੇਂ ਫਿਰ ਉਸ ਇਸ ਦੇ ਸਮਾਗਮ ਦੇ ਉੱਤੇ ਪੰਜਾਬ ਸਰਕਾਰ ਨੂੰ ਪਾਬੰਦੀ ਵੀ ਲਾਉਣੀ ਪਈ ਜੀ ਤੇ ਉਸ ਚੱਕਰ ਸਾਰੇ 'ਚ ਇਹ ਇੱਕ ਬੜੀ ਤੁਸੀਂ ਕਹਿੰਦੇ ਹੋ ਵੀ ਇਹਦਾ ਨਾਂ ਸਾਹਮਣੇ ਆਇਆ ਲੋਕਾਂ 'ਚ ਚਰਚਿਤ ਹੋਇਆ ਚਰਚਾ ਦਾ ਵਿਸ਼ਾ ਬਣਿਆ ਜੀ ਤੇ ਉਸ ਤੋਂ ਉਸ ਸਮੇਂ ਤੇ ਉਹਨੂੰ ਵੱਡੀ ਜਿਹੜੀ ਸੁਰੱਖਿਆ ਵੀ ਸਰਕਾਰ ਵੱਲੋਂ ਦਿੱਤੀ ਗਈ ਹਾਂਜੀ ਜਿਹੜੀ ਸਿਕਿਉਰਿਟੀ ਵੀ ਸੀ ਚੰਬੜੀ ਵੱਡੀ ਪੱਧਰ ਦੇ ਉੱਥੇ ਡੇਰੇ ਵੀ ਜੀ ਸੁਰੱਖਿਆ ਵਾਸਤੇ ਪੁਲਿਸ ਲਗਾਤਾਰ ਤੈਨਾਤ ਹੁੰਦੀ ਰਹੀ ਹੈ ਜੀ ਕੱਲ੍ਹ ਵੀ ਬੜੀ ਵੱਡੀ ਪੱਧਰ 'ਤੇ ਤੈਨਾਤ ਸੀ ਉੱਥੇ ਜੀ 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 ਮੇਜਰ ਸਿੰਘ ਜੀ ਤੁਸੀਂ ਬਹੁਤ ਅਹਿਮ ਜਾਣਕਾਰੀ ਦੇ ਰਹੇ ਹੋ ਇਹਦੇ 'ਚ ਹੀ ਥੋੜ੍ਹਾ ਜਿਹਾ ਇਸ ਮਸਲੇ 'ਤੇ ਹੋਰ ਥੋੜ੍ਹਾ ਅਸੀਂ ਜਾਣਕਾਰੀ ਚਾਹਵਾਂਗੇ ਔਰ ਦੂਸਰਾ ਇੱਕ ਸਵਾਲ ਆ ਰਿਹਾ ਹੈਗਾ ਕਿ ਪੁਲਿਸ ਮੂਕ ਦਰਸ਼ਕ ਬਣ ਕੇ ਬਾਹਰ ਖੜੀ ਹੈ ਉਹ ਕਿਸੇ ਕਿਸਮ ਦੀ ਕੋਈ ਕਾਰਵਾਈ ਅਜੇ ਨਹੀਂ ਕਰ ਰਹੀ ਉਹਦਾ ਕੀ ਕਾਰਨ ਹੈ ਇੱਕ ਛੋਟੇ ਜਿਹੇ ਵਕਫੇ ਦੇ ਬਾਅਦ ਹਾਜ਼ਰ ਹੁੰਦੇ ਹਾਂ ਤੁਸੀਂ ਕਿਰਪਾ ਕਰਕੇ ਲਾਈਨ 'ਤੇ ਰਹਿਣਾ 2-4 ਮਿੰਟ ਤੁਹਾਡੇ ਅਸੀਂ ਹੋਰ ਲਵਾਂਗੇ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਟੈਕਸ ਪ੍ਰੋਬਲਮ ਨੋ ਪ੍ਰੋਬਲਮ ਕੰਪਿਊਟੈਕਸ ਆਈਐਨਸੀ ਆਓ ਤੇ ਆਪਣੇ ਟੈਕਸਾਂ ਦਾ ਮਸਲਾ ਸੁਲਝਾਓ ਕੰਪਿਊਟੈਕਸ ਆਈਐਨਸੀ ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਿਸ MTA ਟੈਕਸਿਸ ਵਰਕਰਸ ਕੰਪਨਸੇਸ਼ਨ ਬੁੱਕ ਕੀਪਿੰਗ ਆਦਿ ਵੀ ਕਰਦੇ ਹਾਂ ਕੰਪਿਊਟੈਕਸ ਆਈਐਨਸੀ ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ 20 ਸਾਲਾਂ ਦਾ ਤਜਰਬਾ ਵੀ ਕਵਰ ਆਲ 50 ਸਟੇਟਸ ਅਸੀਂ ਪੰਜਾਬੀ ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 718-371-5555
7184265695। ਤਜਰਬੇਕਾਰ ਵਕੀਲਾਂ ਦੀ ਟੀਮ ਜਿਨ੍ਹਾਂ ਨੂੰ ਮਹਾਰਤ ਹਾਸਿਲ ਹੈ ਇਮੀਗ੍ਰੇਸ਼ਨ ਇੰਕਲੂਡਿੰਗ ਅਸਾਈਲਮ ਡਿਪੋਰਟੇਸ਼ਨ ਡਿਫੈਂਸ ਫੈਮਿਲੀ ਐਮਪਲੋਇਮੈਂਟ ਐਂਡ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ ਇੱਥੇ ਹਰ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਜਿਵੇਂ ਵਾਇਲੇਸ਼ਨ ਟੈਕਸੀ ਲਿਮੋਜ਼ਿਨ ਕਮਿਸ਼ਨ ਦੇ ਮਾਮਲੇ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੋਜ਼ਿੰਗ ਡਾਇਵੋਰਸ ਕੇਸਿਸ ਬਿੱਲ ਅਤੇ ਟਰਸਟ ਰਿਲੇਟਿਡ ਕੇਸਿਸ ਵੀ ਸੋਲਵ ਕੀਤੇ ਜਾਂਦੇ ਨੇ ਕਲਾਇੰਟਸ ਦੀ ਸੁਵਿਧਾ ਲਈ ਸਾਡੀਆਂ ਬ੍ਰਾਂਚਿਸ ਹਰ ਮੇਜਰ ਟ੍ਰੇਨ ਲਾਈਨਸ ਦੇ ਨਜ਼ਦੀਕ ਹਨ AJZE4523 ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟ ਵੀ ਲੈਂਦੇ ਹਾਂ ਅਸੀਂ ਬੋਲਾਂਗੇ ਤੁਹਾਡੀ ਬੋਲੀ ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 888247227 ਅਤੇ 9177280049 Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. व्हाइट होल व्हीट आटा फाइबर वाला शेर व्हाइट होल व्हीट आटा फाइबर वाला हार्ट एंड स्ट्रोक फाउंडेशन और होल ग्रेन काउंसिल से अप्रूव आपका हाजमा करे बढ़िया कोलेस्ट्रॉल और वेट कंट्रोल में करे आपकी मदद और हार्ट डिजीज से आपको रखे सुरक्षित शेर व्हाइट होल व्हीट आटा वाला शेर आटा कर लाओ ਪੱਪੂ ਸਵੀਟਸ ਵਾਹ ਬਈ ਵਾਹ ਅਸੀਂ ਕਰਦੇ ਹਾਂ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਖਾਣੇ ਦੀ ਕੇਟਰਿੰਗ ਮਿਠਾਈਆਂ $3.99 a pound ਆਲਵੇਸ ਫਰੈਸ਼ ਬਫੇ ਸਿਟਿੰਗ ਕੈਪੈਸਿਟੀ ਫॉर 50 ਪੀਪਲ ਓਕੇਸ਼ਨ ਚਾਹੇ ਕੋਈ ਵੀ ਹੋਵੇ ਯਾਦ ਰੱਖੋ ਪੱਪੂ ਸਵੀਟਸ ਫॉर ਮੋਰ ਇਨਫੋਰਮੇਸ਼ਨ ਕਾਲ ਪੱਪੂ ਸਵੀਟਸ ਵੀ ਆਰ ਲੋਕੇਟਿਡ ਐਟ ਮੇਜਰ ਇੰਟਰਸੈਕਸ਼ਨ ਵਿਲੀਅਮ ਪਾਰਕਵੇ ਕ੍ਰੈਸਲਰ ਡਰਾਈਵ ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ ਸੀਨੀਅਰ ਪੱਤਰਕਾਰ ਜਲੰਧਰ ਤੋਂ ਸਰਦਾਰ ਮੇਜਰ ਸਿੰਘ ਜੀ ਸਾਡੇ ਨਾਲ ਹਨ ਔਰ ਜਿਹੜੇ ਦਿਵਯ ਜੋਤੀ ਸੰਸਥਾਨ ਜਾਗਰਣ ਸੰਸਥਾਨ ਉਸ ਜਗ੍ਹਾ ਦੇ ਉੱਤੇ ਗਏ ਔਰ ਉੱਥੋਂ ਸਾਰੇ ਉਹਨਾਂ ਨੇ ਹਾਲਾਤ ਦੇਖੇ ਉਹ ਸਾਡੇ ਨਾਲ ਲਾਈਨ ਦੇ ਉੱਤੇ ਹਨ ਔਰ ਜਾਣਕਾਰੀ ਦੇ ਰਹੇ ਹਨ ਮੇਜਰ ਸਿੰਘ ਜੀ ਜਦੋਂ ਇੱਕਦਮ ਸਿੱਧੀ ਗੱਲ ਹੈਗੀ ਹੈ ਕਿ ਸ਼ੱਕ ਦੀ ਬਿਨਾ ਹੈ ਕਿਉਂਕਿ ਸਹੀ ਨਹੀਂ ਦੱਸ ਰਹੇ ਕਿਸੇ ਮੰਨ ਵੀ ਰਹੇ ਹੈ ਕਿ ਬੰਦੇ ਦੀ ਮੌਤ ਹੋ ਚੁੱਕੀ ਔਰ ਫਿਰ ਕਹਿ ਰਹੇ ਸਮਾਧੀ ਦੇ ਵਿੱਚ ਹੈ ਕਿਸੇ ਨੂੰ ਵੇਖਣ ਵੀ ਨਹੀਂ ਦੇ ਰਹੇ ਔਰ ਫਿਰ ਜੇ ਇੰਨੀ ਵੱਡੀ ਗੱਲ ਹੈ ਕਿ ਪੁਲਿਸ ਨੂੰ SDM ਨੂੰ ਵੀ ਅੰਦਰ ਨਹੀਂ ਜਾਣ ਦੇ ਰਹੇ ਔਰ ਦੂਸਰੇ ਪਾਸੇ ਪੁਲਿਸ ਇੰਤਜ਼ਾਮ ਵੀ ਕਰ ਰਹੀ ਹੈ
ਕੀ ਇਹਦਾ ਮਤਲਬ ਹੈਗਾ ਕਿ ਸਰਕਾਰ ਜਿਹੜੀ ਹੈ ਐਡਮਿਨਿਸਟ੍ਰੇਸ਼ਨ ਆਪਣੇ ਆਪ ਨੂੰ ਇੰਨਾ ਮਜਬੂਰ ਸਮਝ ਰਹੀ ਹੈ ਜਾਂ ਉਹਨਾਂ ਦੇ ਥੱਲੇ ਹੈ ਜਾਂ ਉਹਨਾਂ ਦੀ ਸਹਿਮਤੀ ਦੇ ਨਾਲ ਚੱਲ ਰਹੀ ਹੈ ਸਰਕਾਰ ਆਪਣਾ ਫਰਜ਼ ਕਿਉਂ ਨਹੀਂ ਪੂਰਾ ਕਰ ਰਹੀ ਲੰਬਾ ਮੇਰੇ ਖਿਆਲ ਸਾਡੇ ਐਕਸ਼ਨ ਜਿਹੜੇ ਹਿੱਤ ਨੂੰ ਦੇ ਰਹੇ ਹੈ ਨਾ ਜੀ ਉਹਨਾਂ ਨੇ ਆਪਣਾ ਪ੍ਰਭਾਵ ਇੰਨਾ ਕੁ ਪਾ ਚੁੱਕੇ ਸਾਡੇ ਪ੍ਰਸ਼ਾਸਨ ਤੇ ਸਾਡੀ ਸਰਕਾਰ ਤੇ ਜੀ ਕਿ ਉੱਥੇ ਕੱਲ ਕਿਸੇ ਨੂੰ ਵੀ ਜਿੱਥੇ ਬਾਬਾ ਜੀ ਕਹਿੰਦੇ ਸੀਗੇ ਸਮਾਧੀ ਚ ਨਾ ਜਿੱਥੇ ਉਹ ਰਹਿੰਦੇ ਸੀਗੇ ਜੀ ਜਿੱਥੇ ਉਹਨਾਂ ਦਾ ਗ੍ਰਹਿ ਸਥਾਨ ਹੈ ਜੀ ਉਸ ਸਾਈਡ ਦੇ ਟੋਟਲੀ ਸਾਰੇ ਦਰਵਾਜ਼ੇ ਬੰਦ ਸੀ ਜੀ ਉਹਨਾਂ ਦੇ ਆਪਣੇ ਪਹਿਰੇਦਾਰ ਖੜੇ ਸੀ ਜਿਹੜੇ ਡੇਰੇ ਦੇ ਵਰਕਰ ਹਾਂਜੀ ਔਰ ਕਿਸੇ ਨੂੰ ਵੀ ਉਸ ਤੋਂ ਅੱਗੇ ਨਹੀਂ ਸੀ ਜਾਣਤਾ ਜਾ ਰਿਹਾ ਜੀ ਜੀ ਪੁਲਿਸ ਨੂੰ ਨਾ ਪੱਤਰਕਾਰਾਂ ਨੂੰ ਨਾ ਆਮ ਕਿਸੇ ਬੰਦੇ ਨੂੰ ਜੀ ਇਸ ਤਰ੍ਹਾਂ ਕਿਉਂ ਦੱਸਿਆ ਸਾਲੂ ਵੀ ਕੋਈ ਨਵੀਂ ਸੀ ਆਖਦਾ ਉਸ ਤੋਂ ਵੇਖਿਆ ਜਾ ਸਕਦਾ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਉੱਥੇ ਡਿਸਿਪਲਿਨ ਕ੍ਰੀਏਟ ਕੀਤਾ ਹੋਇਆ ਜੀ ਜੀ ਇਹ ਜਿਹੇ ਹਾਲਾਤ ਚ ਮਤਲਬ ਉੱਥੇ ਮਿਸਟੀਰੀਅਸ ਹਾਲ ਜੀ ਨੇ ਕਹਿੰਦੇ ਨੇ ਬਿਲਕੁਲ ਬਿਲਕੁਲ ਮਿਸਟੀਰੀਅਸ ਪੂਰਨ ਸਥਿਤੀ ਜਿਹੜੀ ਜੀ ਜੀ ਉਹ ਅਜੇ ਵੀ ਬਣੀ ਹੋਈ ਹੈ ਉਸ ਚ ਮਤਲਬ ਸਾਰੇ ਹਾਲਾਤ ਤੋਂ ਤੁਸੀਂ ਅੰਦਾਜ਼ੇ ਲਗਾ ਸਕਦੇ ਹੋ ਠੀਕ ਹੈ ਠੀਕ ਹੈ ਆਪਣੇ ਆਪ ਕਲੀਅਰ ਹੋਣ ਵਾਲੀ ਨਹੀਂ ਗੱਲ ਕੋਈ ਵੀ ਹੈਗੀ ਅੰਦਾਜ਼ੇ ਲੱਗ ਰਹੇ ਨੇ ਜੀ ਮੇਜਰ ਸਿੰਘ ਜੀ ਇੱਕ ਦੱਸੋਗੇ ਕਿਉਂਕਿ ਦੇਖੋ ਡੇਰਾ ਕੋਈ ਮਾੜਾ ਨਹੀਂ ਆਮ ਤੌਰ ਦੇ ਉੱਤੇ ਇੱਕ ਲਫ਼ਜ਼ ਵਰਤ ਦਿੱਤਾ ਜਾਂਦਾ ਡੇਰਾਵਾਦ ਡੇਰੇ ਮਾੜੇ ਨਹੀਂ ਡੇਰਾ ਤੇ ਗੁਰੂ ਅਰਜਨ ਦੇਵ ਜੀ ਦਾ ਵੀ ਡੇਰਾ ਸਾਹਿਬ ਹੀ ਹੈ ਗੁਰੂ ਨਾਨਕ ਸਾਹਿਬ ਦਾ ਵੀ ਡੇਰਾ ਬਾਬਾ ਨਾਨਕ ਹੈ ਔਰ ਜੇਕਰ ਲਫ਼ਜ਼ ਵਰਤਿਆ ਜਾਏ ਨਿਰੰਕਾਰੀ ਲਫ਼ਜ਼ ਵੀ ਗੁਰੂ ਨਾਨਕ ਸਾਹਿਬ ਲਈ ਵਰਤਿਆ ਗਿਆ ਸੱਚਾ ਸੌਦਾ ਗੁਰੂ ਨਾਨਕ ਸਾਹਿਬ ਨੇ ਵਰਤਿਆ ਮੁਸ਼ਕਲ ਤਾਂ ਆਉਂਦੀ ਹੈ ਜਦੋਂ ਇਹਨਾਂ ਦੀ ਨਕਲ ਕਰਕੇ ਔਰ ਇਹਨਾਂ ਚੀਜ਼ਾਂ ਦਾ ਦੁਰਵਿਹਾਰ ਕਰਕੇ ਜਾਂ ਇਹਦੀ ਦੁਰਵਰਤੋਂ ਕਰਕੇ ਇਹਨਾਂ ਨੂੰ ਕੀਤਾ ਜਾਂਦਾ ਔਰ ਇੱਕ ਗੱਲ ਨਹੀਂ ਸਮਝ ਆ ਰਹੀ ਕਿ ਜਦੋਂ ਅਕਾਲ ਤਖਤ ਸਾਹਿਬ ਵੱਲੋਂ ਬਹੁਤ ਸਪਸ਼ਟ ਤੌਰ 'ਤੇ ਐਲਾਨ ਹੁਕਮਨਾਮੇ ਹੈ ਕਿ ਕਿਸੇ ਐਸੀ ਜਗ੍ਹਾ 'ਤੇ ਕੋਈ ਸਿੱਖ ਨਾ ਜਾਏ ਕੋਈ ਲੀਡਰ ਨਾ ਜਾਏ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਾ ਹੁੰਦਾ ਹੋਏ ਜਾਂ ਨਿਰਾਦਰੀ ਆਉਂਦੀ ਹੋਏ ਪੂਰੀ ਤਰ੍ਹਾਂ ਸਾਫ਼ ਹੋਣ ਦੇ ਬਾਵਜੂਦ ਕਿਉਂ ਜਿਹੜੇ ਪੰਥਕ ਲੀਡਰ ਵੀ ਔਰ ਦੂਸਰੀਆਂ ਪਾਰਟੀਆਂ ਦੇ ਸਿੱਖ ਲੀਡਰ ਵੀ ਇਹਨਾਂ ਡੇਰਿਆਂ 'ਚ ਕਿਉਂ ਜਾਂਦੇ ਹੈ ਕਿ ਇਹਨਾਂ ਨੂੰ ਕਿਉਂ ਨਹੀਂ ਰੁਕ ਪਾ ਰਿਹਾ ਜਾਂ ਇਹਦਾ ਮਤਲਬ ਹੈ ਆਉਣ ਵਾਲਾ ਸਮਾਂ ਡੇਰਿਆਂ ਦਾ ਹੀ ਸਾਰਾ ਰਾਜ ਚੱਲੇਗਾ ਪੰਜਾਬ ਵਿੱਚ ਦੇਖੋ ਇਸ ਤਰ੍ਹਾਂ ਹੈਗਾ ਕਿ ਇਸ ਪਿਛਲੇ ਸਾਰੇ ਸਮੇਂ ਦੌਰਾਨ ਜੀ ਪੋਲਿਟਿਕਸ ਨਾ ਤਾਂ ਕੋਈ ਨਿਯਮਾਂ ਦੇ ਆਧਾਰ ਤੇ ਹੈ ਨਾ ਇਹਦੀ ਕੋਈ ਮਰਿਆਦਾ ਹੈ ਨਾ ਇਹਦੇ ਕੋਈ ਸੂਰ ਹੈਗਾ ਜੀ ਹੁਣ ਇਹ ਵਪਾਰ ਬਣ ਚੁੱਕੀ ਹੈ ਵਪਾਰ 'ਚ ਕਿੱਥੋਂ ਲਾਭ ਮਿਲੇਗਾ ਕਿਸੇ ਵੀ ਧੁੱਸ ਸਾਰੇ ਦਿਮਾਗ ਬੜੀ ਹੋਈ ਹੈ ਜਿੱਥੋਂ ਵੀ ਵਪਾਰੀ ਨੂੰ ਕੋਈ ਲਾਭ ਮਿਲਦਾ ਹੈ ਜੀ ਉੱਥੇ ਨੂੰ ਦੌੜਦਾ ਹੈ ਜੀ ਇਹ ਸਾਡੇ ਜਿੰਨੇ ਵੀ ਇਸ ਵੇਲੇ ਪੀੜ੍ਹੀ ਲੀਡਰ ਹੈ ਹਾਂਜੀ ਭਾਵੇਂ ਅਕਾਲੀ ਹੈ ਕਾਂਗਰਸ ਹੈ ਬੀਜੇਪੀ ਹੈ ਜਾਂ ਕਿਸੇ ਵੀ ਹੋਰ ਪਾਰਟੀ ਦੇ ਜੀ ਭਾਵੇਂ ਸਿੱਖ ਹੈ ਹਿੰਦੂ ਹੈ ਜਾਂ ਕੋਈ ਹੋਰ ਹੈ ਹਾਂਜੀ ਉਹ ਸਾਹਮਣੇ ਕੋਈ ਧਰਮ ਕੋਈ ਮਰਿਆਦਾ ਕੋਈ ਨਿਯਮ ਨਹੀਂ ਜੀ ਇੱਕੋ ਇੱਕ ਚੀਜ਼ ਹੈਗੀ ਇੱਕੋ ਇੱਕ ਅਸੂਲ ਹੈ ਕਿ ਵੱਧ ਤੋਂ ਵੱਧ ਮੁਨਾਫ਼ਾ ਕਿੱਦਾਂ ਕਮਾਉਣਾ ਹੈਗਾ ਜੀ ਜੀ ਇਹ ਮੁਨਾਫ਼ੇ ਦੀ ਦੌੜ ਹੈ ਜਿਹੜੀ ਉਸ ਨੇ ਹੁਣ ਫਿਰ ਸਾਰੀਆਂ ਜਿਹੜੀਆਂ ਮਰਿਆਦਾਵਾਂ ਧਰਮ ਦਾ ਜਿਹੜਾ ਇੱਕ ਕੁੰਡਾ ਜਾਂ ਕਹਿ ਲਈਏ ਕਿ ਸਾਰੀ ਜਿਹੜੀ ਇੱਕ ਸਿਸਟਮ ਸੀ ਉਹਨੂੰ ਤੋੜਤਾ ਹੈ ਔਰ ਸਿਰਫ ਜਿਹੜਾ ਇਸ ਨੂੰ ਉਹ ਆਪਣੇ ਮੁਨਾਫ਼ੇ ਦੀ ਹੋੜ 'ਚ ਕੇਂਦਰ ਕਰ ਦਿੱਤਾ ਹੈਗਾ ਜੀ ਇਹ ਕਰਕੇ ਸਾਰੇ ਲੀਡਰ ਉਹ ਹੁਣ ਭਾਵੇਂ ਉੱਪਰੋਂ ਉੱਪਰੋਂ ਕਹੀ ਜਾਣ ਕਿ ਅਸੀਂ ਅਕਾਲ ਤਖ਼ਤ ਦੀ ਅਗਵਾਈ ਨਹੀਂ ਕਰਾਂਗੇ ਅਸੀਂ ਜਥੇਦਾਰ ਦਾ ਹੁਕਮ ਨਹੀਂ ਮੰਨਣ ਤੋਂ ਇਨਕਾਰ ਨਹੀਂ ਹੋਵਾਂਗੇ ਹਾਂਜੀ ਪਰ ਤੁਹਾਡੇ ਸਾਹਮਣੇ ਹੈ ਜਦੋਂ ਸਭ ਤੋਂ ਵੱਡਾ ਪਿੱਛੇ ਕ੍ਰਾਈਸਿਸ ਆਇਆ ਸੀ ਸੱਚੇ ਬਾਬੇ ਦਾ ਹਾਂਜੀ ਤਾਂ ਰਾਜਸਥਾਨ ਦੇ ਇਲੈਕਸ਼ਨ ਦੇ ਵਿੱਚ ਹਾਂਜੀ ਅਕਾਲੀ ਆਗੂ ਉਸ ਬਾਬੇ ਨੂੰ ਜਾ ਕੇ ਮਿਲਦੇ ਰਹੇ ਜੀ ਉਹਦੀਆਂ ਵੋਟਾਂ ਲੈਣ ਦਾ ਯਤਨ ਕੀਤਾ ਜੀ ਇਹ ਤਾਂ ਪੰਜਾਬ 'ਚ ਜਿਹੜਾ ਜੀ ਪੰਜਾਬ 'ਚ ਮਨਪ੍ਰੀਤ ਤੋਂ ਲੈ ਕੇ ਹਾਂਜੀ ਹੋਰ ਜਿੰਨੇ ਵੀ ਸੀਗੇ ਅਕਾਲੀ ਕੀ ਦੂਜੇ ਕੀ ਜੀ ਸਾਰੇ ਲੀਡਰ ਉਸ ਨੂੰ ਜਾ ਕੇ ਮਿਲਦੇ ਔਰ ਉਹਨਾਂ ਦੀਆਂ ਵੋਟਾਂ ਲਈ ਯਤਨ ਕਰਦੇ ਰਹੇ ਜੀ ਜੀ ਅਸੀਂ ਦੇਖ ਸਕਦੇ ਹਾਂ ਕਿ ਜੇਕਰ ਮਨਪ੍ਰੀਤ ਬਾਦਲ ਵਰਗੇ ਜਿਹੜੇ ਇਹ ਦਮ ਭਰਦੇ ਆ ਕਿ ਅਸੀਂ ਟ੍ਰੈਡੀਸ਼ਨਲ ਸ਼ਾਸਤ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੁੰਦੇ ਹਾਂ ਹਾਂਜੀ ਉਹ ਵੀ ਇਹਨਾਂ ਬਾਬਿਆਂ ਦੁਆਲੇ ਘੁੰਮਦੇ ਆ ਹਾਲਾਤ ਦਾ ਨਜ਼ਾਕਤ ਤੁਸੀਂ ਆਪ ਹੀ ਸੋਚ ਸਕਦੇ ਹੋ ਜੀ ਜੀ ਕਿੱਥੇ ਪਹੁੰਚ ਚੁੱਕੀ ਹੈ ਜੀ ਜੀ ਇਹ ਗੱਲਾਂ ਕਰਨ ਵਾਲੇ ਲੋਕ ਵੀ ਅਸਲ 'ਚ ਉਸੇ ਘੇਰੇ 'ਚ ਜਾ ਚੁੱਕੇ ਹੈਗੇ ਠੀਕ ਹੈ ਹਾਲਾਤ ਇਹ ਨੇ ਜੀ ਸੋ ਇਹਦਾ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੈਗੇ ਹੋ ਕਿ ਜਿਸ ਤਰ੍ਹਾਂ ਦੇ ਹਾਲਾਤ ਦੱਸ ਰਹੇ ਹੋ ਔਰ ਬੜੀ ਗਰਾਊਂਡ ਰਿਐਲਿਟੀ ਤੋਂ ਗਰਾਊਂਡ ਜ਼ੀਰੋ ਤੋਂ ਦੱਸ ਰਹੇ ਹੋ ਇਹਦਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਹਾਲਾਤ ਵਿਗੜ ਕੇ ਕਿਧਰੇ ਫਿਰ 1978 ਵਾਲੇ ਅੰਮ੍ਰਿਤਸਰ ਵਾਲੇ ਬਣ ਸਕਦੇ ਆ ਜਦੋਂ ਕਿ ਕੋਈ ਇਨਸਾਫ਼ ਨਾ ਮਿਲੇ ਕੋਈ ਉਹਨਾਂ ਦਾ ਪਿਛੋਕੜ ਨਾ ਪਤਾ ਲੱਗੇ ਕੋਈ ਉਹਨਾਂ ਦੀ ਜਾਂਚ ਨਾ ਹੋਏ ਔਰ ਕੋਈ ਉਹਨਾਂ ਦੀ ਐਕਟੀਵਿਟੀਜ਼ ਦੇ ਉੱਤੇ ਕਿਸੇ ਕਿਸਮ ਦਾ ਕਾਨੂੰਨੀ ਕੁੰਡਾ ਨਾ ਹੋਏ ਕੀ ਇਹਦਾ ਮਤਲਬ ਫਿਰ ਉਹ ਆਪਣੀ ਪਾਵਰ ਨੂੰ ਆਪਣੀ ਤਾਕਤ ਨੂੰ ਕਿ ਹੁਣ ਸਰਕਾਰ ਵੀ ਸਾਡੇ ਨਾਲ ਹੈ
ਤੇ ਸਈਆਂ ਭਏ ਕੋਤਵਾਲ ਵਾਲੀ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਕਿ ਸਿੱਧੇ ਟਕਰਾਅ ਵਾਲੀ ਹਾਲਤ ਵੀ ਕਦੀ ਬਣ ਸਕਦੀ ਹੈ ਫਿਰ ਇਹਨਾਂ ਡੇਰਿਆਂ ਦੇ ਨਾਲ? ਨਹੀਂ, ਤੁਸੀਂ 78 ਤੇ ਗਏ ਹੋ। ਹਾਂਜੀ, ਪਿਛਲੇ 4-5 ਸਾਲ ਪਹਿਲਾਂ ਪੰਜਾਬ 'ਚ ਸੱਤੇ ਸੌਦੇ ਬਾਰੇ ਜੇ ਡੇਰਾ ਹੈਗਾ ਜੀ, ਉਸ ਨਾਲ ਲਗਾਤਾਰ 3 ਮਹੀਨੇ ਜਿਹੜਾ ਉਹ ਖੂਨੀ ਟਕਰਾਅ ਹੁੰਦੇ ਰਹੇ ਜੀ ਜੀ। ਉਹ 'ਚ ਕਿੰਨੇ ਲੋਕ ਮਾਰੇ ਗਏ, ਘਮਸਾਨ ਦੀਆਂ ਲੜਾਈਆਂ ਹੋਈਆਂ। ਉਹ 78 ਤੋਂ ਵੀ ਵੱਡਾ ਸਾਕਾ ਸੀਗਾ ਜੀ। ਇਹ ਵੱਖਰੀ ਹੈ ਵੀ ਉੱਥੇ ਡੈਥ ਟੋਲ ਘੱਟ ਸੀ। ਹਾਂਜੀ ਹਾਂਜੀ, ਪਰ ਜਿੰਨੀ ਵੱਡੀ ਪੱਧਰ ਤੇ ਜੀ ਉਹ ਲੜਾਈਆਂ ਹੋਈਆਂ ਔਰ ਉਹਨਾਂ 'ਚ ਸ਼ਾਮਿਲ ਹੋਏ ਲੋਕ, ਮੇਰੇ ਖਿਆਲ 78 ਦੇ ਮਾਮਲੇ ਤੋਂ ਬਹੁਤ ਵੱਡਾ ਸਾਕਾ ਸੀਗਾ ਜੀ ਜੀ। ਇਹ ਤਾਂ ਬਿਲਕੁਲ ਠੀਕ ਹੈ, ਕਿਉਂਕਿ ਜੇ ਇਸ ਤਰ੍ਹਾਂ ਦਾ ਹਾਲਾਤ ਬਣਗੇ ਤਾਂ ਇਸ ਨਾਲ ਪੰਜਾਬ 'ਚ ਮਾਹੌਲ ਵਿਗੜਨ ਦੇ, ਹਾਲਾਤ ਖਰਾਬ ਹੋਣ ਦੇ ਆਸਾਰ ਬਣੇ ਰਹਿਣੇ ਲਗਾਤਾਰ ਜੀ। ਤੇ ਅਖੀਰ ਵਿੱਚ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਮੁੜ ਅਮਨ ਕਾਨੂੰਨ, ਰੂਲ ਆਫ ਲਾ, ਕਾਨੂੰਨ ਦਾ, ਨਿਆਂ ਦਾ ਜਿਹੜਾ ਕਾਨੂੰਨ ਹੈ ਉਹ ਲਾਗੂ ਹੋਏਗਾ ਕਦੀ ਤੁਹਾਨੂੰ ਨੇੜੇ ਭਵਿੱਖ ਵਿੱਚ ਲੱਗਦਾ, ਜਾਂ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਜਿਵੇਂ ਚੱਲ ਰਿਹਾ? ਮੇਰੇ ਖਿਆਲ 'ਚ ਲੱਗਦਾ ਕਿ ਕੋਈ ਹਾਲਾਤ ਬਹੁਤੇ ਸੁਧਰਨ ਆਸਾਰ ਨਜ਼ਰ ਨਹੀਂ ਆ ਰਹੇ, ਕਿਉਂਕਿ ਜਿਹੜੇ ਸਾਡੇ ਪੋਲੀਟੀਕਲ ਲੋਕ ਹੈ ਹਾਂਜੀ, ਉਹਨਾਂ ਨੇ ਹਾਲ ਦੀ ਘੜੀ ਕਿਸੇ ਵੀ ਪੱਧਰ 'ਤੇ ਅਜਿਹਾ ਕੋਈ ਯਤਨ ਨਹੀਂ ਸ਼ੁਰੂ ਕੀਤਾ ਜਿਹਦੇ ਨਾਲ ਪੰਜਾਬ 'ਚ ਪੈਦਾ ਹੋਣ ਵਾਲੇ ਟਕਰਾਅ ਨੂੰ ਜਾਂ ਇਸ ਤਰ੍ਹਾਂ ਦੇ ਹਾਲਾਤ ਨੂੰ ਰੋਕਣ ਦਾ ਯਤਨ ਕੀਤਾ ਹੋਵੇ। ਠੀਕ ਹੈ ਠੀਕ ਹੈ। ਇਹ ਸਰ ਕਿਉਂਕਿ 78 ਤੋਂ ਬਾਅਦ ਹਾਂਜੀ ਦਾ ਸਦਾ ਆਸ਼ੂਤੋਸ, ਬਾਬਾ ਭਨਿਆਰਾ ਤੇ ਹੋਰ ਪਤਾ ਨਹੀਂ ਕਿੰਨੇ ਕੌਣ ਲੋਕ ਆਏ ਨਾ ਹਾਂਜੀ, ਜਿਹੜੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਨ ਦੇ ਯਤਨ ਕਰ ਰਹੇ ਹੈ। ਠੀਕ ਹੈ ਠੀਕ। ਉਹਨਾਂ ਨੂੰ ਸੰਭਾਲਣ ਦਾ ਜਾਂ ਉਹਨਾਂ ਨਾਲ ਮਸਲਾ ਹੱਲ ਕਰਨ ਦਾ ਕਦੇ ਕੋਈ ਬਹੁਤਾ ਨਹੀਂ ਮਸਲਾ ਹੱਲ ਹੋਇਆ ਅੱਜ ਤੱਕ ਜੀ। ਅਖੀਰ ਵਿੱਚ ਮੇਜਰ ਸਿੰਘ ਜੀ, ਕੋਈ ਸਾਡੇ ਦਰਸ਼ਕਾਂ ਨੂੰ ਤੁਸੀਂ ਕੁਛ ਸੁਨੇਹਾ ਦੇਣਾ ਚਾਹੁੰਦੇ ਹੋ? ਅਮਰੀਕਾ ਤੇ ਕੈਨੇਡਾ ਦਰਸ਼ਕ ਜਿਹੜੇ ਸੁਣ ਰਹੇ ਆ, ਪ੍ਰੋਗਰਾਮ ਦੇਖ ਰਹੇ ਆ, ਇਹ ਸਾਡਾ ਸੁਨੇਹਾ ਤੇ ਇਹੀ ਹੈ ਕਿ ਅਸਲ 'ਚ ਜੋ ਅਸੀਂ ਜਿੱਥੇ 21ਵੀਂ ਸਦੀ 'ਚ ਰਹਿ ਰਹੇ ਹਾਂ, ਇੱਥੇ ਪਖੰਡ, ਅਡੰਬਰਵਾਦ ਔਰ ਜਿਹੜਾ ਇਹ ਦਿਵ ਪ੍ਰਵਿਰਤੀਆਂ ਨਹੀਂ ਹੈ, ਇਹਨਾਂ ਦਾ ਕੋਈ ਸਥਾਨ ਨਹੀਂ। ਸਾਨੂੰ ਖੁਦ ਜਾਗਰੂਕ ਹੋ ਕੇ ਰਹਿਣਾ ਚਾਹੀਦਾ ਹੈ ਜੀ। ਇਸ ਤਰ੍ਹਾਂ ਦੀਆਂ ਜਿਹੜੀਆਂ ਜੇ ਅਸੀਂ ਫਸਾਂਗੇ ਤਾਂ ਇੱਕ ਤਾਂ ਇਹ ਗੁਰਬਾਣੀ ਦੇ ਵੈਸੇ ਹੀ ਉਲਟਾ ਹੈ ਜੀ। ਗੁਰਬਾਣੀ ਤੋਂ ਇਲਾਵਾ ਵੀ ਅੱਜ ਦੇ ਜ਼ਮਾਨੇ 'ਚ ਇਹਨਾਂ ਗੱਲਾਂ ਦਾ ਕੋਈ ਬਹੁਤਾ ਮਹੱਤਵ ਨਹੀਂ ਹੈਗਾ। ਹਾਂ, ਪੋਲੀਟੀਕਲ ਲੋਕ ਆਪਣਾ ਉੱਲੂ ਸਿੱਧਾ ਕਰਨ ਲਈ ਜ਼ਰੂਰ ਇਹਨਾਂ ਸਾਰੇ ਗੱਲਾਂ ਨੂੰ ਵਰਤ ਲੈਂਦੇ ਨੇ, ਅਤੇ ਸਾਨੂੰ ਜੇ ਸਚੇਤ ਹੋ ਕੇ ਅਸੀਂ ਕਰਾਂਗੇ ਤਾਂ ਪੋਲੀਟੀਕਲ ਲੋਕ ਵੀ ਮਜ਼ਬੂਰ ਹੋਣਗੇ ਕਿ ਉਹ ਇਸ ਪਾਸੇ ਜਾਣ ਦੀ ਬਜਾਏ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ। ਠੀਕ ਹੈ। ਲੋਕਾਂ ਦੇ ਰੋਟੀ ਰੋਜ਼ੀ ਦੇ ਮਸਲੇ ਹੱਲ ਕਰਨ। ਠੀਕ ਹੈ। ਉਹਨਾਂ ਦੇ ਸਮਾਜ ਵਿੱਚ ਪਰੇਸ਼ਾਨੀਆਂ ਦੂਰ ਕਰਨ। ਠੀਕ ਠੀਕ ਹੈ। ਸੋ ਮੇਜਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਦਿੱਤਾ ਔਰ ਸਵੇਰੇ ਸਵੇਰੇ ਤੁਹਾਨੂੰ ਤੰਗ ਕੀਤਾ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਫੇਰ ਇੱਕ ਵਾਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਪਿਆਰੇ ਦਰਸ਼ਕੋ, ਇਹ ਸਨ ਸਾਹਿਬ ਮੇਜਰ ਸਿੰਘ ਜੀ, ਜਿਨ੍ਹਾਂ ਨੇ ਬੜੀ ਹੀ ਬੇਬਾਕੀ ਦੇ ਨਾਲ ਤੁਹਾਨੂੰ ਸਾਰੇ ਹਾਲਾਤ ਤੋਂ ਜਾਣੂ ਕਰਾਇਆ। ਸਮਾਂ ਹੈ ਇੱਕ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੋਵਾਂਗੇ, ਤੁਸੀਂ ਸਾਡੇ ਨਾਲ ਬਣੇ ਰਹੋ। हाथों की अपनी दास्तां होती है, कभी सृष्टि तो कभी विनाश, ये देखती है, कभी ये सहारा तो कभी विश्वास, सदियों से ये खिलाए पीढ़ियों को निवाला, और हर निवाले में हो शक्ति भोगाटा। जब हाथों से खिलानी है दो वक्त की रोटी तो वो जरूर हो शक्ति भोग आटे से बनी, अपने देश का नंबर वन आटा। ओबामा केयर अनुसार 2014 दे शुरू तो अमेरिकन्स लई हेल्थ इंश्योरेंस कराना लाजमी कर दिता गया है। जेकर तुहानू पहला तो ही कोई हेल्थ इशू है तद भी इंश्योरेंस कंपनी वालों इंश्योरेंस देने लई तुहानू मना नहीं किया जाएगा। पंजाब इंश्योरेंस दे सर्टिफाइड एडवाइजर तुहानू सही अते वधिया प्लान लैण च पूरी मदद करनगे, जिसकी कोई फीस नहीं होएगी। ओबामा केयर विच एनरोल होने की डेडलाइन 31 मार्च 2014 है। सो अमेरिका के किसी भी शहर साडा प्रोग्राम देख रहे हो, ओबामा केयर हेल्थ इंश्योरेंस कराने लई पंजाब इंश्योरेंस दे नंबर ते हुने कॉल करो। अपने देश की सभ्यता, अपने ही लोग, अपनी मातृभूमि आपके पास लाते हुए अपने देश की हर ग्रोसरी, आपका अपना अपना बाजार। अपना बाजार कैश एंड कैरी विद लोकेशंस इन न्यूयॉर्क एंड न्यू जर्सी। America's favorite fashion store, Sahil. Visit our showrooms in Chicago and New Jersey or online at www.sahil.com.
कुनाल ज्वेलर दे गहने वाह पई वाह क्या कहने गहनियां नाल भर ले जाओ घरवाली नू होर बनाओ कुनाल ज्वेलर ते आओ गहनियां नाल सज तज के बागो बाग हो जाओ असी तुहाडी पसंद दे 22 अते 24 कैरेट दे कड़े चेन क्वेंस डायमंड कट बैंगल्स ऑर्डर ते तैयार करदे हां गहनियां दी रिपेयर भी इत्थे ही करदे हां ਤੁਸੀਂ ਆਪਣੀ ਰਾਸ਼ੀ ਦੇ ਬਰ ਸਟੋਨ ਵੀ ਖਰੀਦ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜੁਐਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 718-478-7200 ਯਾਦ ਰੱਖੋ ਕੁਨਾਲ ਜੁਐਲਰ 37-08 74 ਸਟਰੀਟ ਜੈਕਸਨ ਹਾਈਟਸ ਨਿਊਯਾਰਕ ਚਾਏ ये सब तुम शाही पुलाव के लिए कर रहे हो ना? बना दो ना प्लीज 49 साल से रोज यही तो खा रहे हो श्री लाल महल है तो 49 साल कट गए वरना 49 दिन भी काटने मुश्किल होते जाओ नहीं बनाती मैं तुम्हारा शाही पुलाव बना दो ना प्लीज डार्लिंग 49 के 50 भी तो करने हैं गोल्डन जुबिली मनानी है ना खुशबूदार लंबे दाने वाला श्री लाल महल एम्पायर बासमती राइस दादी वाओ शाही पुलाव लगता है इस बार दादाजी अपनी एनिवर्सरी नहीं भूले क्यों बिल्कुल नहीं भूला श्री लाल महल एम्पायर बासमती राइस खिले खिले दाने खिले खिले आप मिराज बैंकेट हॉल एंड रेस्टोरेंट वेडिंग हो गई या बर्थडे पार्टी मिराज है परफेक्ट हर सेलिब्रेशन में मिराज इंडियन क्यूजिन विद प्रॉपर सीटिंग फैसिलिटी विजिटर्स में प्राइवेट पार्किंग फैसिलिटी भी अवेलेबल है ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ ਜਿਹੜੇ ਡਰੱਗਸ ਦੇ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੀਆਂ ਹੋਈਆਂ ਟਿੱਪਣੀਆਂ ਔਰ ਨਾਲ ਹੀ ਰਾਹੁਲ ਗਾਂਧੀ ਦੇ ਬਿਆਨ ਦੇ ਉੱਤੇ ਜੋ ਪ੍ਰਤੀਕਰਮ ਆ ਰਹੇ ਹਨ ਔਰ ਉਸ ਦੇ ਨਾਲ ਜਲੰਧਰ ਦੇ ਵਿੱਚ ਜੋ ਦਿਵਿਆ ਜਾਗਰਤੀ ਜਾਗਰਣ ਸੰਸਥਾਨ ਦੇ ਮੁਖੀ ਦੀ ਕੱਲ ਮੌਤ ਹੋ ਗਈ ਔਰ ਡਾਕਟਰਾਂ ਦੇ ਮੁਤਾਬਕ ਪਰ ਉਹ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦੇ ਰਹੇ ਔਰ ਬੜੇ ਹੀ ਇੱਕ ਗੁਪਚੁੱਪ ਤਰੀਕੇ ਦੇ ਨਾਲ ਸਾਰੀ ਕਾਰਵਾਈ ਚੱਲ ਰਹੀ ਹੈ ਮੇਜਰ ਸਿੰਘ ਜੀ ਉਹਨਾਂ ਨੇ ਬਹੁਤ ਹੀ ਜਾਣਕਾਰੀ ਭਰਪੂਰ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਹੈਲੋ ਹਾਂਜੀ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹਾਂਜੀ ਪਿਆਰਾ ਸਿੰਘ ਬੋਲਦਾ ਜੀ ਮਿਸਿਸਿਪੀ ਤੋਂ ਜੀ 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 ਆਇਆਂ ਨੂੰ ਪਿਆਰਾ ਸਿੰਘ ਜੀ ਹਾਂਜੀ ਮੈਂ ਇਹ ਅੱਜ ਜੋ ਵਿਚਾਰ ਚੱਲ ਰਿਹਾ ਹੈ ਪਹਿਲਾਂ ਜੋ ਦਿੱਲੀ ਸਰਕਾਰ ਨੇ SIT ਬਣਾਈ ਹੈ ਜੀ ਉਹ ਦਿੱਲੀ ਸਟੇਟ ਟੈਰੀਟਰੀ ਦੇ ਘੇਰੇ ਵਿੱਚੋਂ ਅਪਰਾਧੀਆਂ ਨੂੰ ਪਕੜ ਕੇ 6 ਮਹੀਨੇ ਦੇ ਅੰਦਰ ਅੰਦਰ ਕੇਸ ਦੀ ਸੁਣਵਾਈ ਸ਼ੁਰੂ ਕਰਨ ਜੀ ਨਿਆਂ ਇਨਸਾਫ ਨੂੰ ਲੀਹਾਂ ਉੱਤੇ ਲਿਆਉਣ ਇਹ ਉਹਨਾਂ ਦੀ ਜਿਹੜੀ ਸਾਡੀ ਰਿਕੁਐਸਟ ਹੈ ਜੀ 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 ਅਗਲਾ ਹੈ ਨਸ਼ਿਆਂ ਦਾ ਦਰਿਆ ਪੰਜਾਬ ਵਿੱਚ ਹਾਂਜੀ ਇਹ 6ਵਾਂ ਦਰਿਆ ਜਿਹੜਾ ਇਹਨੂੰ ਬੰਦ ਕਰਨ ਵਾਸਤੇ ਮਨੁੱਖਤਾ ਲਈ ਦਰਦ ਰੱਖਣ ਵਾਲੇ ਰੋਜ਼ ਦਵਾਈ ਮਚਾ ਰਹੇ ਨੇ ਹਾਂਜੀ ਪਰ ਉਹ ਨਸ਼ਾ ਬੰਦ ਕਰੋ ਨਸ਼ਾ ਬੰਦ ਕਰੋ ਪਰ ਸੁਣਨ ਵਾਲੇ ਜਿਹੜੇ ਕੰਨ ਹੈ ਉਹ ਸ਼ਾਇਦ ਹਾਲੇ ਤੱਕ ਨਹੀਂ ਖੁੱਲੇ ਉਹ ਮਿਹਰਬਾਨੀ ਕਰਕੇ ਕੰਨ ਖੋਲ ਕੇ ਸਾਡੀ ਇਹ ਦੁਹਾਈ ਸੁਣ ਲੈਣ ਜੀ 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 ਬਹੁਤ ਬਹੁਤ ਧੰਨਵਾਦ ਤੁਹਾਡੇ ਜਿਹੜੇ ਉਹ ਇਸ ਕਰਕੇ ਨਹੀਂ ਸੁਣ ਰਹੇ ਸ਼ਾਇਦ ਹੁਣ ਕੁਛ ਕਿਹਾ ਨਹੀਂ ਜਾ ਸਕਦਾ ਕਿ ਰਾਜਨੀਤਿਕ ਮਜਬੂਰੀ ਹੈ ਪਰ ਉਹ ਦਿੱਲੀ ਦੇ ਵਿੱਚ ਉਹਨਾਂ ਨੇ SIT ਬਣਾਈ ਨਹੀਂ ਉਹਨਾਂ ਨੇ ਬਣਾਉਣ ਬਾਰੇ ਗਵਰਨਰ ਨੂੰ ਬੇਨਤੀ ਕੀਤੀ ਹੈ
और देखो कि राजनीतिक तौर पर क्योंकि बनाना फिर केंद्र की होम मिनिस्ट्री ने है वो कितने तक बनाएंगे ये किया नहीं जा सकता। बहुत बहुत धन्यवाद जी, जी जी ठीक है जी, बहुत बहुत धन्यवाद। हैलो हैलो हाँ जी तुसी लाइन ते हो, कौन बोल रहे जी? हैलो हाँ जी सत श्रीकाल जी लामा साहब। सत श्रीकाल, कौन बोल रहे भाई साहब? मैं प्रगट सिंह बल बोलता जी, फ्री माउंट तो। जी 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 बल साहब जी हैं। गेट चैनल वाले दा बहुत धन्यवाद, तुहा ना ही बड़ा वधिया रख्या नरपाल नरवैल जी जी जी, बड़ा कृपा कर रहे जी, जेड़ा थोड़ा सच दा कोई लोकां नूं दस रहे जी पंजाब दे हालातां बारे जी। ਅਸੂ ਤੋਂ ਜਿਹੜੇ ਬਾਬਾ ਜੀ ਜਿਹਨੂੰ ਕਹੇ ਕਹਿੰਦੇ ਲੋਕੀ ਬਾਬਾ ਨੀ ਗਾ ਉਹ, ਇਹਦੀ ਸਾਰੀ ਹਿਸਟਰੀ ਜਿਹੜੀ ਸਪੋਕਸਮੈਨ ਅਖਬਾਰ ਨੇ 2-3 ਸਾਲ ਪਹਿਲਾਂ ਸਾਰੀ ਜਿਹੜੀ ਨਾ A to Z ਬਿਹਾਰ ਤੋਂ ਚੱਲਿਆ, ਕੀ ਇਹ ਕਰਦਾ ਰਿਹਾ, ਕੀ ਇਹਦੀ ਜੀਵਨੀ ਸਾਰੀ ਅਖਬਾਰ ਆਪਣੇ ਜੀ ਦਿੱਤੀ ਜੀ 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 ਜੀ, ਤੇ ਬਾਦਲ ਸਾਹਿਬ ਦੀ ਮਿਸਜ ਦੀਆਂ ਉਹਨਾਂ ਦੀ ਵਹੁਟੀ ਦੀਆਂ ਫੋਟੋਆਂ ਇਹਨਾਂ ਦੇ ਡੇਰੇ ਤੇ ਗਈਆਂ ਵਿਖਾਈਆਂ ਜੀ ਜੀ ਜੀ, ਤੇ ਸਾਰਾ ਜਦੋਂ ਚਾਨਣਾ ਪਾਇਆ ਇਹਨਾਂ ਦੇ ਪਰਦਾ ਚੁੱਕਿਆ ਵੀ ਇਹ ਕੀ ਹੈ ਬਾਬਾ, ਤੇ ਉਹਨਾਂ ਦੇ ਦਫ਼ਤਰ ਬਣਾ ਦਿੱਤੇ ਗਏ ਸਰਕਾਰ ਨੇ, ਤੇ ਇਹ ਸਰਕਾਰਾਂ ਹੀ ਸਾਰੀਆਂ ਜਿਹੜੀਆਂ ਡੇਰੇ ਜਿਹੜੀਆਂ ਫਿਲਅਪ ਕਰ ਲਈਆਂ, ਹੋਰ ਕੋਈ ਗੱਲ ਨਹੀਂ। ਗੱਲ ਇਹ ਉਹੀ ਉਹ ਕਹਿ ਰਹੇ ਹੈ ਕਿ ਜਿੰਨੀਆਂ ਰਾਜਨੀਤਿਕ ਪਾਰਟੀਆਂ ਹੈ ਸਾਰੀਆਂ ਦੀਆਂ ਸਾਰੀਆਂ ਇਹਨਾਂ ਪਾਸੇ ਲੱਗੀਆਂ ਹੋਈਆਂ, ਕੋਈ ਵੀ ਇਸ ਨੂੰ ਰੋਕਣ ਲਈ ਨਹੀਂ ਬਲਕਿ ਬੜਾਵਾ ਦੇਣ ਵਾਸਤੇ ਇਹ ਕਰ ਰਹੀਆਂ ਹੈ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਔਰ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ ਦੇਣ ਦਾ। ਹੈਲੋ ਹੈਲੋ, ਇਹ ਕੁਛ ਲਾਈਨ ਦੇ ਵਿੱਚ ਗੜਬੜ ਸ਼ਾਇਦ। ਹੈਲੋ ਹੈਲੋ ਹਾਂਜੀ ਹਾਂਜੀ, ਸੋ ਤੁਹਾਡਾ ਵਿਚਾਰ ਜਿਹੜਾ ਉਹਦੇ ਲਈ ਬਹੁਤ ਬਹੁਤ। ਸਾਰੀਆਂ ਰਾਜਨੀਤਿਕ ਪਾਰਟੀਆਂ ਇਹਦੇ ਵਿੱਚ ਕੋਈ ਜੀ, ਕਿਉਂਕਿ ਕਾਰੋਬਾਰ ਬੰਦ ਕਰਕੇ ਪੁਲਿਸ ਦਾ ਘੇਰਾ ਕੱਸਿਆ ਵੀ ਇਹ ਵਾਰਦਾਤਾਂ ਬੰਦ ਕਰੋ। ਠੀਕ ਹੈ ਠੀਕ ਹੈ, ਨਹੀਂ ਨਹੀਂ ਇਹ ਇਹ ਬਿਲਕੁਲ ਇਹ ਸਾਰਾ ਕੁਛ ਹੋਣਾ ਚਾਹੀਦਾ ਔਰ ਅਸੀਂ ਜ਼ਰੂਰ ਜਿੰਨਾ ਇਹ ਸਾਰਾ ਸਰਕਾਰਾਂ ਹੀ ਕਰਾਉਣਗੀਆਂ ਜੀ, ਇਲੈਕਸ਼ਨ ਆ ਗਈ, ਤੁਸੀਂ ਤੇ ਉੱਥੇ ਰਹਿ ਕੇ ਆਏ ਜੇ, ਵੇਖ ਕੇ ਆਏ ਜੇ, ਫਿਰ ਵੀ ਇੱਥੇ ਮੁੱਦਾ ਚੁੱਕ ਰਹੇ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਠੀਕ ਹੈ, ਕੁਝ ਨਾ ਕੁਝ ਤੇ ਲੋਕਾਂ ਨੂੰ ਚਾਨਣ ਵਿਖਾ ਰਹੇ ਜੇ ਪੰਜਾਬ ਦਾ ਆਪਣੇ ਚੈਨਲ ਰਾਹੀਂ, ਤੁਹਾਡਾ ਬਹੁਤ ਬਹੁਤ। ਚਲੋ ਚਲੋ ਅਸੀਂ ਆਪਣੀ ਵਿਰਥਾ ਜਿਹੜੀ ਹੈ ਜ਼ਾਹਿਰ ਕਰ ਸਕਦੇ ਹਾਂ। ਹੈਲੋ 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 ਹਾਂਜੀ, ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ ਠੀਕ ਹੈ ਜੀ, ਸ਼ੁਕਰੀਆ। ਉਹ ਤੁਹਾਡੀ ਲਾਈਨ ਜਿਹੜੀ ਹੈ ਵਿੱਚੋਂ ਦੂਜੀਆਂ ਲਾਈਨਾਂ ਨੂੰ ਪਤਾ ਨਹੀਂ ਕਿਉਂ ਰੋਕ ਰਹੀ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ ਬਲ ਸਾਹਿਬ, ਥੈਂਕ ਯੂ, ਸਤਿ ਸ਼੍ਰੀ ਅਕਾਲ। ਅਸੀਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 516-825-0006 ਦੇ ਉੱਤੇ, ਸ਼ਾਇਦ ਲਾਈਨਾਂ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਪਰ ਸਾਡੀ ਕੋਸ਼ਿਸ਼ ਹੈ ਤੁਹਾਡੇ ਨਾਲ ਗੱਲ ਕਰਨ ਦੀ। ਹੈਲੋ 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 ਜੀ, ਸੋ ਅਸੀਂ ਜਿਹੜੀ ਤੁਹਾਨੂੰ ਜਾਣਕਾਰੀ ਦੇ ਸਕਦੇ ਸੀ ਅਸੀਂ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ, ਕੁਛ ਕਾਲਸ ਆ ਰਹੀਆਂ ਅਸੀਂ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਹੈਲੋ ਹਾਂਜੀ ਲਾਮਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਦਰਸ਼ਨਜੀਤ ਸਿੰਘ ਬੋਲਣਾ ਕੈਨੇਡਾ ਤੋਂ ਜੀ। ਭਾਈ ਸਾਹਿਬ ਜੀ, ਮੈਂ ਤੁਹਾਡੇ ਨਾਲ ਆਸ਼ੂਤੋਸ਼ ਬਾਰੇ ਗੱਲ ਕਰਨੀ ਚਾਹੁੰਦਾ ਹਾਂ ਜੀ। ਇਹ ਆਸ਼ੂਤੋਸ਼ ਜੀ ਦਿੱਲੀ ਤੋਂ ਕੱਢਿਆ ਗਿਆ ਸੀ ਇੱਕ ਸੰਸਥਾ 'ਚ ਕੰਮ ਕਰਦਾ ਜੀ 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 ਜੀ, ਕਰੈਕਟਰ ਦੇ ਮਤਲਬ ਦੋਸ਼ ਲੱਗੇ ਸੀ ਜੀ ਜੀ। ਇਹ ਪੰਜਾਬ 'ਚ ਆ ਗਿਆ ਜੀ, ਪੰਜਾਬ 'ਚ ਆਉਣ ਤੋਂ ਬਾਅਦ ਇਹ ਬਿਲਕੁਲ ਸਿਆਸੀ ਬੰਦਿਆਂ ਨੇ ਚੱਕਿਆ, ਜਿਹੜੇ ਸਾਡੇ ਸਿਆਸੀ ਬੰਦੇ ਨੇ ਅਸੀਂ, ਮੇਰਾ ਖਿਆਲ ਹੈ ਦੇਖੋ ਕਿਸੇ ਦੇ ਨਿੱਜੀ ਉਹਦੇ ਬਾਰੇ ਨਹੀਂ ਗੱਲ ਕਰ ਸਕਦੇ,
ਜਿਹੜਾ ਜਿਹੜਾ ਮੁੱਦਾ ਇਹ ਹੈਗਾ ਕਿ ਡੇਰਾਵਾਦ ਪੰਜਾਬ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਗੁਰੂ ਹੋਣ ਦੇ ਬਾਵਜੂਦ ਕਿਉਂ ਫਿਰ ਜੇ ਅਗਰ ਲੋਕ ਨਾ ਜਾਣ ਤੇ ਕਿੱਦਾਂ ਕਾਮਯਾਬ ਹੋਣਗੇ? ਗੱਲ ਤਾਂ ਇਹ ਹੈ, ਕਿਉਂ ਕਾਮਯਾਬ ਹੋ ਰਹੇ ਹੈ ਜੀ? ਜੀ ਬਿਲਕੁਲ ਸਹੀ ਗੱਲ ਹੈ। ਹਾਂਜੀ ਹਾਂਜੀ ਹਾਂ, ਪਰ ਇਹਦਾ ਮਤਲਬ ਹੈਗਾ ਕਿ ਦਰਸ਼ਨ ਸਿੰਘ ਜੀ, ਕਮੀ ਸਾਡੇ ਵਿੱਚ ਹੈ ਨਾ, ਅਸੀਂ ਕਿਉਂ ਚੁੱਕੇ ਜਾਂਦੇ ਹਾਂ? ਜੇ ਉਹ ਲੜਾਉਣਾ ਚਾਹੁੰਦੇ ਅਸੀਂ ਕਿਉਂ ਲੜਦੇ ਹਾਂ? ਜੇ ਸਾਨੂੰ ਪਤਾ ਲੱਗ ਗਿਆ, ਜੇ ਸਾਡਾ ਭਰੋਸਾ ਕਾਇਮ ਹੈ, ਫਿਰ ਅਸੀਂ ਕਿਉਂ ਇੱਦਾਂ ਕਰਦੇ ਹਾਂ? ਠੀਕ ਹੈ, ਬਿਲਕੁਲ, ਇਹਦਾ ਮਤਲਬ ਹੈਗਾ ਕਿ ਆਪਣੇ ਆਪ ਨੂੰ ਕੰਟਰੋਲ ਕਰਨ ਦੀ ਲੋੜ ਹੈ। ਠੀਕ ਹੈ, ਠੀਕ ਹੈ। ਹਾਂਜੀ ਹਾਂਜੀ, ਹਾਂਜੀ ਹਾਂਜੀ, ਆਪਾਂ ਅੱਜ ਡੇਰੇ ਤੇ ਕਰਾਂਗੇ, ਉਹਦੇ ਤੇ ਫਿਰ ਕਰਾਂਗੇ ਕਿਸੇ ਵੇਲੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ ਸਰ, ਥੈਂਕ ਯੂ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਅਗਰ ਸਾਡੇ ਨਾਲ ਗੱਲ ਕਰੋ ਜੇ ਹੋਏਗਾ, ਨਹੀਂ ਤੇ ਆਵਾਜ਼ ਨਹੀਂ ਆਏਗੀ। ਹੈਲੋ ਭਾਈ ਸਾਹਿਬ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰੋ ਜੇ ਤੁਸੀਂ ਗੱਲ ਕਰਨੀ ਹੈ। ਹਾਂਜੀ, ਕੀ ਕਹਿਣਾ ਚਾਹੁੰਦੇ ਭਾਈ ਸਾਹਿਬ? ਕੌਣ ਬੋਲ ਰਹੇ, ਕਿੱਥੋਂ? ਹੈਲੋ, ਕਿੱਥੋਂ ਬੋਲ ਰਹੇ ਭਾਈ ਸਾਹਿਬ ਜੀ? ਹਾਂਜੀ ਭਾਈ ਸਾਹਿਬ, ਤੁਸੀਂ ਨਾ ਟੀਵੀ ਦੀ ਆਵਾਜ਼ ਬੰਦ ਕਰ ਦਿਆ ਕਰੋ, ਤੇ ਅੱਧਾ ਮਿੰਟ ਹੈਗਾ ਸਾਡੇ ਕੋਲ, ਜੇ ਤੁਸੀਂ ਆਪਣਾ ਸੁਨੇਹਾ ਦੇ ਸਕਦੇ ਹੋ। ਹਾਂਜੀ ਅਸੀਂ ਕਰਦੇ ਹਾਂ ਜੀ, ਜਿਹੜਾ ਡੇਰਾਵਾਦ ਚੱਲਿਆ ਪੰਜਾਬ ਦੇ ਵਿੱਚ ਦਰਸ਼ਨਾਂ ਦਾ, ਹਾਂਜੀ ਇਹ ਸਾਰੇ ਸਰਕਾਰਾਂ ਦੇ ਸ਼ਹਿਰ ਨਾਲ ਹੀ ਚੱਲ ਰਿਹਾ ਜੀ। ਠੀਕ ਹੈ, ਠੀਕ ਹੈ ਜੀ, ਸਭ ਜਿਹੜਾ ਆਪਣੀਆਂ ਵੋਟਾਂ ਦੇ ਵਾਸਤੇ ਸਭ ਜਿਹੜਾ ਕੰਮ ਕਰ ਲਿਆ। ਹਾਂਜੀ, ਤੇ ਪੰਜਾਬ ਨੂੰ ਜਿਹੜਾ ਇਹਨਾਂ ਗਰ ਕਰਕੇ ਰੱਖ ਦਿੱਤਾ। ਠੀਕ ਠੀਕ ਹੈ, ਤੁਹਾਡੇ ਵਿਚਾਰ ਬਹੁਤ ਸਪਸ਼ਟ ਹੈ, ਸਮਾਂ ਇਜਾਜ਼ਤ ਨਹੀਂ ਦਿੰਦਾ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਤੁਸੀਂ ਸਾਨੂੰ ਈਮੇਲ ਜ਼ਰੂਰ ਕਰੋ, lamba@getpunjabi.tv। ਇੱਕ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ, ਤਦ ਤੱਕ ਇਜਾਜ਼ਤ ਦਿਓ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਬੋਲੀ ਆਪਣੀ ਪਹਿਚਾਣ, ਪੰਜਾਬੀ ਹਰ ਮਹਿਫਿਲ ਦੀ ਜਾਨ, ਪੰਜਾਬੀਆਂ ਦੀ ਹੈ ਵੱਖਰੀ ਸ਼ਾਨ। ਆਪਣੀ ਬੋਲੀ ਆਪਣੀ ਪਹਿਚਾਣ।